ਤੁਸੀਂ ਜਸ ਟੀਵੀ ਦੇਖ ਰਹੇ ਹੋ, ਮੈਂ ਕੇਪੀ ਸਿੰਘ ਤੁਹਾਡਾ ਸਵਾਗਤ ਕਰਦਾ। ਪੰਥ ਦੇ ਵਿੱਚ ਜਦੋਂ ਟਕਰਾਅ ਦੀ ਸਥਿਤੀ ਪੈਦਾ ਹੁੰਦੀ ਹੈ ਤਾਂ ਫਿਰ ਉਸ ਬਾਰੇ ਗੱਲਬਾਤ ਕਰਨੀ ਲਾਜ਼ਮੀ ਹੋ ਜਾਂਦੀ ਹੈ। ਹੁਣ ਇੱਕ ਵਾਰ ਫਿਰ ਪੰਥ ਦੇ ਵਿੱਚ ਟਕਰਾਅ ਵਾਲੀ ਸਥਿਤੀ ਪੈਦਾ ਹੋਈ ਹੈ। ਸਾਡੀ ਕੋਸ਼ਿਸ਼ ਹੈ ਕਿ ਇਹ ਟਕਰਾਅ ਵਾਲੀ ਸਥਿਤੀ ਹੈ ਜਿਹੜੀ ਉਹ ਟਾਲੀ ਜਾ ਸਕੇ, ਅਤੇ ਇਸੇ ਬਾਬਤ ਅੱਜ ਅਸੀਂ ਗੱਲ ਕਰਨ ਜਾ ਰਹੇ ਹੈਗੇ ਹਾਂ ਰਣਜੀਤ ਸਿੰਘ ਹੋਰਾਂ ਦੇ ਨਾਲ। ਰਣਜੀਤ ਸਿੰਘ ਜੀ, ਬਹੁਤ ਸਵਾਗਤ ਹੈ ਤੁਹਾਡਾ। ਹਾਂਜੀ, ਨਮਸਕਾਰ ਜੀ। ਤੁਹਾਡੇ ਨਾਮ ਦੇ ਨਾਲ ਮੈਂ ਸੰਤ ਲਾਵਾਂ, ਬਾਬਾ ਲਾਵਾਂ ਜਾਂ ਭਾਈ ਲਾਵਾਂ? ਨਹੀਂ, ਰਣਜੀਤ ਸਿੰਘ ਠੀਕ। ਜਿਹੜੇ ਤੁਹਾਡੇ ਚੋਣ ਵਾਲੇ ਆ ਉਹ ਤੁਹਾਨੂੰ ਸੰਤ ਵੀ ਕਹਿ ਦਿੰਦੇ ਆ, ਬਾਬਾ ਵੀ ਕਹਿ ਦਿੰਦੇ ਆ, ਭਾਈ ਵੀ ਕਹਿ ਦਿੰਦੇ ਆ, ਤੁਹਾਨੂੰ ਕੀ ਪਸੰਦ ਹੈ? ਨਹੀਂ, ਮੇਰੇ ਇਸ਼ਤਿਹਾਰਾਂ ਉੱਤੇ ਜਾਂ ਸਾਰੇ ਪਬਲਿਕ ਵਿੱਚ ਭਾਈ ਰਣਜੀਤ ਸਿੰਘ ਲਿਖਿਆ ਹੁੰਦਾ। ਭਾਈ ਦਾ ਮਤਲਬ ਹੈ ਭਰਾ, ਚਾਹੇ ਛੋਟਾ ਭਾਈ ਚਾਹੇ ਵੱਡਾ ਭਾਈ। ਤੁਹਾਨੂੰ ਭਾਈ ਪਸੰਦ? ਬਿਲਕੁਲ। ਜਿਹੜਾ ਤੁਹਾਨੂੰ ਕੋਈ ਸੰਤ ਕਹਿੰਦਾ ਜਾਂ ਬਾਬਾ ਕਹਿੰਦਾ, ਤੁਸੀਂ ਉਹਨੂੰ ਰੋਕਦੇ ਹੋ? ਹਾਂ ਬਿਲਕੁਲ, ਕਹੀਦਾ ਵੀ ਨਾ ਕਹੋ ਭਾਈ ਰਣਜੀਤ ਸਿੰਘ ਤੁਹਾਨੂੰ ਪਸੰਦ ਹੈ। ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ ਲਾਉਣਾ ਚਾਹੀਦਾ ਪਿੱਛੇ ਜਾਂ ਨਹੀਂ? ਢੱਡਰੀਆਂ ਮੇਰਾ ਪਿੰਡ ਹੈ। ਉਸ ਰਣਜੀਤ ਸਿੰਘ ਕੋਈ ਕਹੇਗਾ ਭਾਈ ਰਣਜੀਤ ਸਿੰਘ, ਭਾਈ ਰਣਜੀਤ ਸਿੰਘ ਬਹੁਤ ਹੈਗੇ ਆ, ਕੀਰਤਨੀਏ ਵੀ ਹੈ, ਹੋਰ ਵੀ ਨੇ, ਤਾਂ ਢੱਡਰੀਆਂ ਕਰਕੇ ਮੇਰਾ ਪਿੰਡ ਕਰਕੇ। ਸਵਾਲ ਇਸ ਕਰਕੇ ਕਿਉਂਕਿ ਕਹਿੰਦੇ ਇਸ ਸਿੰਘ ਤੋਂ ਬਾਅਦ ਪਿੱਛੇ ਲਾਉਣ ਦੀ ਕੋਈ ਜ਼ਰੂਰਤ ਨਹੀਂ ਪੈਂਦੀ ਗੀ। ਉਹ ਪਛਾਣ ਤਾਂ ਹੋਏਗੀ ਹੋਈ ਨਾ ਢੱਡਰੀਆਂ। ਹੁਣ ਜਿੱਦਾਂ ਤੁਹਾਡੇ ਨਾਂ ਵਾਲੇ ਬੰਦੇ ਵੀ ਬਹੁਤ ਹੋਣਗੇ, ਕੇ ਪੀ ਸਿੰਘ ਤੁਸੀਂ ਦੱਸਿਆ ਆ, ਤਾਂ ਉਹ ਨਾਮ ਦੇ ਬੰਦੇ ਹੋਰ ਵੀ ਹੋਣਗੇ, ਫਿਰ ਪਤਾ ਲੱਗਦਾ ਵੀ ਇਹ ਜਿਹੜਾ ਪਹਿਚਾਣ ਲਈ ਹੈ। ਹਾਂ, ਪਹਿਚਾਣ। ਤੁਸੀਂ ਕਿਹਾ ਵੀ ਭਾਈ ਦਾ ਮਤਲਬ ਭਰਾ, ਅਤੇ ਹੁਣ ਭਰਾ ਭਰਾ ਲੜ ਰਹੇ ਆ, ਵਜ੍ਹਾ ਕੀ ਹੈ? ਤੁਹਾਨੂੰ ਕਿੱਥੇ ਲੱਗਦਾ ਜੀ ਲੜ ਰਹੇ ਆ ਭਰਾ ਭਰਾ, ਜਾਂ ਕਿੱਥੇ ਲੱਗਿਆ ਤੁਹਾਨੂੰ? ਕਿਉਂਕਿ ਜਿਹੜੀ ਧਮਕੀ ਦੀ ਗੱਲ ਆ ਰਹੀ ਹੈ, ਨਹੀਂ ਉਹ ਲੜਾਈ ਹੈ ਜਿਹੜੀ ਕਿੰਨੇ ਸ਼ੁਰੂ ਕੀਤੀ ਹੈ, ਜਾਂ ਕੋਈ ਮੇਰੇ ਵੱਲੋਂ ਕੁਛ ਐਸਾ ਆਇਆ ਜਿਹਦੇ ਵਿੱਚ ਮੈਂ ਕਿਸੇ ਦੇ ਨਾਲ ਲੜਨ ਗਿਆ ਆ ਜਾਂ ਝਗੜਾ ਕਰਨ ਗਿਆ ਆ, ਕਿੱਥੇ ਤੁਹਾਨੂੰ ਲੱਗਦਾ? ਤੁਹਾਨੂੰ ਇਹ ਲੜਾਈ ਇੱਕ ਪਾਸੜ ਲੱਗਦੀ ਹੈ? ਨਹੀਂ, ਇੱਕ ਇੱਕ ਜਾਬਰ ਧੇਲ ਹੈ, ਢੇਰ ਹੈ। 2 ਸਾਲ ਤੋਂ ਬੰਦਾ ਮਾਰਨ ਤੋਂ ਬਾਅਦ ਅੱਜ ਤੱਕ ਧਮਕੀਆਂ ਦੇ ਰਹੀ ਹੈ, ਪ੍ਰੋਗਰਾਮ ਰੋਕ ਰਹੀ ਹੈ। ਇਹ ਤਾਂ ਲੜਨ ਵਾਲਿਆਂ ਨੂੰ ਪੁੱਛਣਾ ਪੈਣਾ ਜਿਹੜੇ ਲੜਾਈ ਕਰ ਰਹੇ ਨੇ। ਵਿਚਾਰਾਂ ਦੀ ਜੰਗ ਤਾਂ ਸਾਡੇ 'ਚ ਸਦਾ ਹੀ ਚੱਲਦੀ ਰਹਿੰਦੀ, ਹਰ ਇੱਕ ਸਰਕਾਰ 'ਚ ਚੱਲ ਰਹੀ ਹੈ, ਦੇਸ਼ਾਂ 'ਚ ਚੱਲ ਰਹੀ ਹੈ, ਵਿਚਾਰਾਂ ਦੀ ਜੰਗ ਅੱਜ ਦੇ ਸਮੇਂ ਦੇ ਹਿਸਾਬ ਨਾਲ ਚੱਲ ਰਹੀ ਹੈ। ਤੁਸੀਂ ਆਪਦੇ ਆਪ ਨੂੰ ਪੀੜਤ ਮੰਨਦੇ ਹੋ? ਬਿਲਕੁਲ, ਅੱਜ ਤੱਕ, ਕਿਉਂਕਿ ਜਦੋਂ ਵੀ ਧੱਕਾ ਹੁੰਦਾ ਪਿੱਛੇ ਹਟ ਜਾਂਦਾ, ਚੁੱਪ ਕਰ ਜਾਂਦਾ, ਅਕਾਲ ਤਖ਼ਤ ਵੱਲੋਂ ਹੁਕਮਨਾਮੇ ਆ ਕੇ ਚੁੱਪ ਕਰਾ ਦਿੱਤਾ ਜਾਂਦਾ ਹੈ, ਅਤੇ ਪ੍ਰੋਗਰਾਮ ਕੈਂਸਲ ਕਰ ਦਿਓ ਕਰ ਜਾਂਦਾ। ਬਿਲਕੁਲ ਪੀੜਤ ਧਿਰ ਮੈਂ ਮੰਨਦਾ ਹਾਂ, ਅਸੀਂ ਕਿਸੇ 'ਤੇ ਜ਼ਬਰ ਨਹੀਂ ਕਰਦੇ। ਤੁਸੀਂ ਪੀੜਤ ਹੋ, ਫਿਰ ਵੀ ਤੁਹਾਨੂੰ ਸ਼ੱਕ ਦੀ ਨਜ਼ਰ ਨਾਲ ਕਿਉਂ ਦੇਖਿਆ ਜਾ ਰਿਹਾ? ਕੌਣ ਦੇਖ ਰਿਹਾ ਜੀ? ਜੇ ਮੈਂ ਪਿਛਲੇ ਕੁਛ ਮਹੀਨਿਆਂ ਦੀ ਗੱਲ ਕਰਾਂ, ਹਾਂਜੀ, ਜਦੋਂ ਪਿਛਲੀ ਸਰਕਾਰ ਸੀਗੀ, ਉਦੋਂ ਤੁਹਾਨੂੰ ਇਸੇ ਜਿੱਥੇ ਆਪਾਂ ਬੈਠੇ ਹਾਂ ਤੁਹਾਨੂੰ ਨਜ਼ਰਬੰਦ ਕਰ ਦਿੱਤਾ ਜਾਂਦਾ, ਤਕਰੀਬਨ 3 ਵਾਰੀ ਹੋਇਆ ਮੈਨੂੰ ਲੱਗਦਾ। ਇੱਥੇ ਇੱਕ ਵਾਰ ਹੋਇਆ, ਇੱਥੇ ਫੋਰਸਸ ਲੱਗ ਜਾਂਦੀਆਂ ਸਾਰੀਆਂ। ਤੁਸੀਂ ਕਹਿੰਦੇ ਮੈਂ ਪੀੜਤ ਹਾਂ, ਫਿਰ ਤੁਹਾਨੂੰ ਸ਼ੱਕ ਦੀ ਨਜ਼ਰ ਨਾਲ ਕਿਉਂ ਦੇਖਿਆ ਜਾ ਰਿਹਾ? ਨਹੀਂ, ਉਹ ਮਾਹੌਲ ਹੋਰ ਤਰ੍ਹਾਂ ਦਾ ਸੀ, ਉਹ ਜਦੋਂ ਬਰਗਾੜੀ ਵੇਲੇ ਹੋ ਰਿਹਾ ਸੀ, ਧਰਨੇ ਵਗੈਰਾ ਲੱਗ ਰਹੇ ਸੀਗੇ, ਉਹਦੇ ਤੋਂ ਉਹਦੇ ਵਾਸਤੇ ਸੀ। ਉਹ ਤਾਂ ਸਾਰੇ ਜਿੰਨੇ ਵੀ ਕੁਛ ਬੰਦੇ ਜਿਹੜੇ ਉਸ ਮੂਵਮੈਂਟ ਵਿੱਚ ਕੰਮ ਕਰਦੇ ਸੀ, ਉਹ ਸਾਰਿਆਂ ਨੂੰ ਨਜ਼ਰਬੰਦ ਕੀਤਾ ਗਿਆ ਸੀ ਇੱਕ ਵਾਰ, ਤਾਂ ਉਹਦੇ ਵਿੱਚ ਮੈਨੂੰ ਵੀ ਕੀਤਾ ਗਿਆ ਸੀ। ਇਹ ਪੁਰਾਣੀ ਗੱਲ ਹੈ, 2 ਸਾਲ ਤੋਂ ਪਹਿਲਾਂ ਦੀ ਗੱਲ ਹੈ। ਉਸ ਤੋਂ ਬਾਅਦ ਜਿਹੜਾ ਇਹ ਹੋਇਆ ਅਟੈਕ ਵਗੈਰਾ ਹੋਇਆ, ਸਾਰਾ ਵੱਖਰਾ ਰੂਪ ਹੈ। ਜਿਹੜਾ ਟਕਰਾਅ ਦੀ ਸਥਿਤੀ ਹੈ ਦਮਦਮੀ ਟਕਸਾਲ ਦੇ ਨਾਲ, ਹਾਂਜੀ, ਤੁਹਾਡਾ ਵਿਰੋਧ ਆ ਜਿਹੜਾ ਦਮਦਮੀ ਟਕਸਾਲ ਦੇ ਨਾਲ, ਹੁਣ ਤੁਸੀਂ ਕਹੋਗੇ ਮੇਰਾ ਵਿਰੋਧ ਨਹੀਂ ਹੈਗਾ, ਜਿਹੜਾ ਵਿਰੋਧ ਦਿਖਾਇਆ ਜਾ ਰਿਹਾ ਹੈਗਾ ਉਹ ਦਮਦਮੀ ਟਕਸਾਲ ਨਾਲ ਰਣਜੀਤ ਸਿੰਘ ਦਾ ਵਿਰੋਧ ਹੈ ਜਾਂ ਹਰਨਾਮ ਸਿੰਘ ਦਾ ਵਿਰੋਧ? ਨਹੀਂ, ਦੇਖੋ ਮੈਂ ਆਪਣੀ ਗੱਲ ਸਟੇਜ 'ਤੇ ਕਹਿਣੀ ਸ਼ੁਰੂ ਕੀਤੀ, ਉਹਦੇ ਵਿੱਚ ਉਹਨਾਂ ਨੂੰ ਮੇਰੀ ਗੱਲ ਨਹੀਂ ਚੰਗੀ ਲੱਗੀ। ਉਹਦੇ ਵਿੱਚ ਕੀ ਹੋਇਆ ਕਿ ਹਰਨਾਮ ਸਿੰਘ ਧੁੰਮਾਂ ਦੇ ਜਾਂ ਉਹਨਾਂ ਦੇ ਸਾਥੀਆਂ ਦੇ ਬੰਦਿਆਂ ਨੂੰ ਮੇਰੀ ਗੱਲ ਨਹੀਂ ਚੰਗੀ ਲੱਗੀ, ਉਹਨਾਂ ਨੇ ਅਟੈਕ ਕਰਨ ਵਾਸਤੇ ਮੇਰੇ 'ਤੇ ਆਏ, ਸਾਡਾ ਇੱਕ ਬੰਦਾ ਮਾਰ ਦਿੱਤਾ ਗਿਆ। ਉਸ ਤੋਂ ਬਾਅਦ ਉਹਨਾਂ ਨੇ ਜ਼ਿੰਮੇਵਾਰੀ ਲਈ ਹੈ, ਉਹ ਸਾਰੀ ਜਥੇਬੰਦੀ ਨਾਲ ਖੜੀ ਹੈ। ਚਾਹੀਦਾ ਇਹ ਸੀ ਕਿ ਜੇ ਦਮਦਮੀ ਟਕਸਾਲ ਜਾਂ ਸਾਰੇ, ਕਿਉਂਕਿ ਦਮਦਮੀ ਟਕਸਾਲ ਤਾਂ ਇੱਕ ਵੱਡੀ ਸੰਸਥਾ ਹੈ ਨਾ, ਉਹਦੇ ਜਿਹੜੇ ਸਾਰੇ ਬੁਲਾਰੇ ਸੀ ਉਹ ਸਾਰੇ ਆਪਣੇ ਆਪ ਨੂੰ ਹਰਨਾਮ ਸਿੰਘ ਧੁੰਮਾਂ ਨਾਲੋਂ, ਉਹਦੇ ਜਿਹੜੇ ਬੰਦੇ ਮਾਰਨ ਆਏ ਸੀ ਉਹਨਾਂ ਨਾਲੋਂ ਵੱਖ ਕਰ ਲੈਂਦੇ। ਵੱਖ ਨਹੀਂ ਉਹਨਾਂ ਨੇ ਕੀਤਾ, ਉਹ ਕਿਤੇ ਨਾ ਕਿਤੇ ਚੁੱਪ ਰਹੇ ਸਾਰੇ, ਤਾਂ ਇਹਦਾ ਮਤਲਬ ਇਹ ਹੋਇਆ ਵੀ ਕਾਫੀ ਬੰਦੇ ਉਹਨਾਂ ਨਾਲ ਸਹਿਮਤ ਨੇ। ਤਾਂ ਕਰਕੇ ਫਿਰ ਇੱਦਾਂ ਲੱਗਦਾ ਵੀ ਜਦੋਂ ਵੀ ਆਪਾਂ ਕੋਈ ਗੱਲ ਹਰਨਾਮ ਸਿੰਘ ਦੀ ਕਰਦੇ ਹਾਂ ਵੀ ਉਹਨਾਂ ਨੇ ਸਾਡੇ ਨਾਲ ਇੱਦਾਂ ਕੀਤਾ, ਉਹ ਕਹਿੰਦੇ ਦਮਦਮੀ ਟਕਸਾਲ ਨੂੰ ਇਹ ਗੱਲ ਨਿਸ਼ਾਨਾ ਬਣਾਇਆ ਜਾ ਰਿਹਾ। ਤੁਹਾਡੇ ਵੱਲੋਂ ਵਿਰੋਧ ਕਿਹਦੇ ਨਾਲ ਹੈ, ਦਮਦਮੀ ਟਕਸਾਲ ਨਾਲ ਜਾਂ ਹਰਨਾਮ ਸਿੰਘ? ਦਮਦਮੀ ਟਕਸਾਲ ਹਰਨਾ ਇਸ ਵੇਲੇ ਦਮਦਮੀ ਟਕਸਾਲ ਕੌਣ ਹੈ? ਦਮਦਮੀ ਟਕਸਾਲ ਇੱਕ ਸੰਸਥਾ ਹੈ, ਹਰਨਾਮ ਸਿੰਘ ਉਹਨਾਂ ਦਾ ਮੁਖੀ ਹੈ। ਮੇਰੀ ਗੱਲ, ਸਾਡਾ ਬੰਦਾ ਮਾਰਨ ਤਾਂ ਹਰਨਾਮ ਸਿੰਘ ਦੇ ਬੰਦੇ ਆਏ ਆ। ਤੁਸੀਂ ਟਕਸਾਲ ਕਿਹਨੂੰ ਮੰਨਦੇ ਹੋ? ਨਹੀਂ, ਟਕਸਾਲ ਤਾਂ ਗੁਰੂ ਸਾਹਿਬ ਨੇ ਨਹੀਂ, ਗੁਰੂ ਸਾਹਿਬ ਨੇ ਤਾਂ ਪੰਥ ਚਲਾਇਆ। ਹੁਣ ਇੱਕ ਟਕਸਾਲ ਇਹ ਚਲਾਈ ਹੈ, ਇੱਕ ਭਾਈ ਮਨੀ ਸਿੰਘ ਵਾਲੀ ਚਲਾਈ ਹੈ, ਇੱਕ ਦੂਜੀ ਚਲਾਈ ਹੈ, ਇੱਕ ਤੀਜੀ ਚਲਾਈ ਹੈ। ਇੱਦਾਂ ਤਾਂ ਕਿਹਾ ਨਹੀਂ ਕਿ ਸਿੱਖੋ ਤੁਸੀਂ ਆਪੋ ਆਪਣੇ 5-7 ਜਿਹੜੇ ਹੈਗੇ ਹੋ ਮੇਰੇ ਮੇਨ ਬੰਦੇ। ਇੱਕ ਭਾਈ ਦਇਆ ਸਿੰਘ ਤੋਂ ਸੰਪਰਦਾ ਚੱਲ ਪਈ,
एक भाई मनी सिंह तो चल पी, एक बाबा दीप सिंह तो चल पी, एक भाई कन्हैया जी तो चल पी। सारे सिखां नूं कहता कि आपो अपने पैरोकार बनाओ ते आपो अपनियां जिहड़ियां तुहाडियां गद्दियां जिहड़ियां चलणियां चाहीदियां। गुरु साहब ने एक पंथ बनाया, एक परिवार बनाया। मैं तो इसे नूं मानदा वी पंथ दा सारे हिस्सा आ, ते जे मान लो अलग अलग नाम करके भी जाणिया जांदा वी इह टकसाल है जां कोई जथा है, जथे दे नाम अलग अलग हो सकदे, पर गुरु साहब ने तो एक पंथ चलाया। मैं पंथ नूं मानदा। तुहानूं किवें जाणा जावे जिथे आपां बैठे हां, ਇਹਨੂੰ ਅਸੀਂ ਕੀ ਮੰਨੀਏ? ਮੈਨੂੰ ਇੱਕ ਪ੍ਰਚਾਰਕ ਮੰਨੋ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਇੱਕ ਪ੍ਰਚਾਰਕ। ਜਿੱਥੇ ਆਪਾਂ ਬੈਠੇ ਹਾਂ ਪਰਮੇਸ਼ਵਰ ਦੁਆਰ, ਇਹਨੂੰ ਕੀ ਮੰਨੋ? ਪਰਮੇਸ਼ਵਰ ਦੁਆਰ ਇੱਕ ਗੁਰਦੁਆਰਾ ਸਾਹਿਬ ਹੈ, ਇੱਕ ਅਸਥਾਨ ਹੈ, ਉਹ ਅਸੀਂ ਸਾਰੇ ਦਾ ਸਾਰਾ ਜਿਹੜੀ ਸਾਰੀ ਦੀ ਪ੍ਰੋਪਰਟੀ ਜੋ ਹੈਗਾ ਆ ਗੁਰੂ ਗ੍ਰੰਥ ਸਾਹਿਬ ਦੇ ਨਾਮ ਹੈ। ਮੇਰੇ ਨਾਮ ਨਿੱਜੀ ਕਿਤੇ ਕੁਛ ਹੈ ਤਾਂ ਮੈਨੂੰ ਦੱਸੋ। ਤੁਸੀਂ ਕਹਿ ਰਹੇ ਨਿੱਜੀ ਨਹੀਂ ਹੈਗਾ ਮੇਰੇ ਨਾਮ 'ਤੇ? ਹਾਂਜੀ। ਤੁਹਾਨੂੰ ਕਿਹਾ ਜਾਂਦਾ ਵੀ ਤੁਸੀਂ ਸਮਾਰਟ ਪ੍ਰਚਾਰਕ ਹੋ। ਕਿਸ ਤਰ੍ਹਾਂ ਸਮਾਰਟ? ਮਹਿੰਗੀਆਂ ਗੱਡੀਆਂ ਦੇ ਸ਼ੌਕੀਨ, ਮਹਿੰਗੇ ਘੜੀਆਂ। ਉਸ ਵੇਲੇ ਗੱਡੀ ਜਿਹੜੀ ਮੇਰੀ ਸੀ, ਜਿਹੜੀ ਜਿਹਦੇ ਵਿੱਚ ਮੇਰਾ ਐਕਸੀਡੈਂਟ ਹੋਇਆ, ਮੈਂ ਉਸ ਵੇਲੇ ਗੱਡੀ ਲੈਂਡ ਕਰੂਜ਼ਰ ਸੀ ਮੇਰੇ ਕੋਲ, ਤਾਂ ਉਹ 7-8 ਸਾਲ ਤੋਂ ਮੇਰੇ ਕੋਲ ਸੀ। ਤਾਂ ਮੈਂ ਜੇ ਉਸ ਦਿਨ ਗੱਡੀ ਨਾ ਹੁੰਦੀ ਸ਼ਾਇਦ, ਤਾਂ ਉਹ ਵੱਡੀ ਗੱਡੀ ਹੋਣ ਕਰਕੇ ਅਸੀਂ ਨਿਕਲੇ ਵੀ ਉਹਨਾਂ ਦੀਆਂ ਗੱਡੀਆਂ ਨੂੰ ਪਾਸੇ ਕਰਕੇ, ਮੇਰੀ ਗੱਡੀ ਨੇ ਮੈਨੂੰ ਬਚਾਇਆ ਵੀ ਹੈ। ਬਾਕੀ ਵੱਡੀਆਂ ਗੱਡੀਆਂ ਦੇ ਸ਼ੌਕੀਨ ਵਾਲੀ ਗੱਲ, ਇਸ ਵੇਲੇ ਕੋਈ ਗੱਡੀ ਮੇਰੇ ਕੋਲ ਇੱਦਾਂ ਦੀ ਨਹੀਂ ਹੈਗੀ ਜਿਹਨੂੰ ਆਪਾਂ ਇੱਦਾਂ ਕਿਹਾ ਜਾ ਸਕੀਏ। ਇੱਕ ਹੁੰਦਾ ਜਦੋਂ ਤੁਸੀਂ ਪ੍ਰਚਾਰ ਕਰਦੇ ਹੋ, ਤੁਸੀਂ ਅਧਿਆਤਮ ਦੇ ਵਿੱਚ ਜਾਂਦੇ ਹੋ, ਜਦੋਂ ਉਦੋਂ ਇੱਕ ਠਰਮਾ ਆ ਜਾਂਦਾ, ਹਲੀਮੀ ਆ ਜਾਂਦੀ ਹੈ, ਤੁਹਾਨੂੰ ਗੁੱਸਾ ਆਉਂਦਾ? ਨਹੀਂ, ਮੇਰੀ ਬੇਨਤੀ ਸੁਣੋ, ਇਹ ਜਿਹੜੀ ਸਾਡੀ ਸੋਚ ਹੈ ਨਾ, ਇਹ ਬਹੁਤ ਭੈੜੀ ਹੈ ਵੀ ਧਾਰਮਿਕ ਬੰਦੇ ਜਿਹੜੇ ਆ ਉਹ ਸ਼ਾਂਤ ਹੁੰਦੇ ਆ। ਅਧਿਆਤਮ ਦਾ ਅਰਥ ਹੈਗਾ ਸ਼ਾਂਤ। ਤੁਸੀਂ ਅੱਜ ਸਵਾਲ ਪੁੱਛਦੇ ਹੋ, ਤੁਸੀਂ ਪੱਤਰਕਾਰ ਹੋ, ਤੁਹਾਡਾ ਇਹ ਫੀਲਡ ਹੈ, ਤੁਸੀਂ ਹਰ ਜਗ੍ਹਾ ਹਰ ਗੱਲ 'ਤੇ ਕਟਾਕਸ਼ ਕਰਨੀ, ਕੀ ਤੁਸੀਂ ਕਦੇ ਅਧਿਆਤਮਵਾਦੀ ਨਹੀਂ ਹੋ? ਤੁਸੀਂ ਅਧਿਆਤਮਵਾਦੀ ਨਹੀਂ ਹੋ, ਇਹਦਾ ਮਤਲਬ ਤੁਸੀਂ ਸਵਾਲ ਕਰਦੇ ਹੋ, ਗੱਲ ਕਰਦੇ ਹੋ, ਤਿੱਖੇ ਹੋ, ਤੁਹਾਡਾ ਨਾਮ ਜਾਣਿਆ ਜਾਂਦਾ, ਕਿ ਤੁਸੀਂ ਅਧਿਆਤਮਵਾਦੀ ਨਹੀਂ ਹੋ? ਮੈਂ ਤੁਹਾਨੂੰ ਪੁੱਛਦਾ, ਕੀ ਇਹ ਅਧਿਆਤਮ ਵਿੱਚ ਨਹੀਂ ਆਉਂਦਾ? ਕੁਦਰਤ ਦੇ ਬਣਾਏ ਸਿਸਟਮ ਨੂੰ ਠੀਕ ਕਰਨ ਵਾਸਤੇ ਅੱਜ ਇੱਕ ਬੰਦਾ ਬੋਲ ਰਿਹਾ ਆ, ਤੁਸੀਂ ਬੋਲ ਰਹੇ ਹੋ, ਤੁਸੀਂ ਮੇਰੇ 'ਤੇ ਸਵਾਲ ਕਰ ਰਹੇ ਹੋ, ਪ੍ਰਚਾਰਕ 'ਤੇ ਕਰਦੇ ਹੋ, ਧਾਰਮਿਕ ਆਗੂਆਂ 'ਤੇ ਕਰਦੇ ਹੋ, ਮੰਤਰੀਆਂ 'ਤੇ ਕਰਦੇ ਹੋ, ਕੀ ਇਹ ਅਧਿਆਤਮ ਵਿੱਚ ਨਹੀਂ ਆਉਂਦਾ? ਇਹੀ ਸਵਾਲ ਕਰਨੇ, ਇਹੀ ਪ੍ਰੋਬਲਮ ਹੈ ਸਾਡੀ, ਕਿ ਧਰਮ ਨੂੰ ਨਸ਼ਾ ਦੇ ਕੇ ਧਰਮ ਦਾ ਸਾਰੇ ਲੋਕਾਂ ਨੂੰ ਸਵਾ ਦਿੱਤਾ ਗਿਆ ਆ ਕਿ ਧਾਰਮਿਕ ਬੰਦੇ ਬੋਲਦੇ ਨਹੀਂ, ਧਾਰਮਿਕ ਬੰਦੇ ਸ਼ਾਂਤ ਹੁੰਦੇ ਆ, ਧਾਰਮਿਕ ਬੰਦੇ ਰਿਲੈਕਸ ਰਹਿਣੇ। ਤੁਸੀਂ ਕ੍ਰਾਂਤੀਕਾਰੀ ਪ੍ਰਚਾਰਕ ਕਹਿੰਦੇ ਆਉਂਦੇ ਹੋ? ਮੈਂ ਨਹੀਂ, ਮੈਂ ਕ੍ਰਾਂਤੀਕਾਰੀ ਮਤਲਬ ਪ੍ਰਚਾਰਕ ਜਿਹੜਾ ਕੋਈ ਵੀ ਹੈ ਜੀ, ਕਿਸੇ ਫੀਲਡ ਵਿੱਚ ਵੀ ਹੈ, ਉਹ ਸਮਾਜ ਨੂੰ ਸੋਹਣਾ ਬਣਾਉਣ ਵਾਸਤੇ ਕੰਮ ਕਰਦਾ। ਚਾਹੇ ਉਹ ਕਬੀਰ ਸਾਹਿਬ ਨੇ, ਉਹਨਾਂ ਦੀ ਬਾਣੀ ਪੜ੍ਹੋ, ਉਹ ਜੇ ਆਪਾਂ ਉਹਨਾਂ ਨੂੰ ਇਹ ਕਹਿੰਦੇ ਹਾਂ ਵੀ ਇਹ ਗਰਮ ਨੇ, ਜਿਸ ਵੇਲੇ ਉਹ ਗਲਤ ਚੀਜ਼ਾਂ 'ਤੇ ਕਟਾਕਸ਼ ਕਰਦੇ ਨੇ, ਉੱਥੇ ਉਹ ਇੱਦਾਂ ਨਹੀਂ ਕਰ ਰਹੇ ਜੋ ਹੋ ਰਿਹਾ ਹੋਣ ਦਿਓ, ਸਭ ਚੱਲ ਰਿਹਾ ਦੁਨੀਆ ਛਾਂ। ਇਹ ਤਾਂ ਡੈਫੀਨੇਸ਼ਨ ਸਾਡੇ 'ਚ ਗਲਤ ਦਿੱਤੀ ਗਈ ਹੈ ਨਾ, ਵੀ ਅਧਿਆਤਮ ਸਪਿਰਚੁਅਲ ਜਿਹੜੇ ਬੰਦੇ ਹੈ ਉਹ ਸ਼ਾਂਤ ਰਹਿੰਦੇ। ਯਾਨੀ ਕਿ ਤੁਸੀਂ ਇਹ ਕਹਿ ਰਹੇ ਹੋ ਕਿ ਜੋ ਦਬਾਅ ਪਾਇਆ ਜਾਊਗਾ ਤਾਂ ਫਿਰ ਆਵਾਜ਼ ਬੁਲੰਦ ਕਰਨੀ ਪਵੇਗੀ? ਦਬਾਅ ਪਾਉਣ ਤੋਂ ਬਿਨਾਂ ਵੀ ਸਮਾਜ ਵਿੱਚ ਕੁਰੀਤੀਆਂ ਜਿੰਨੀਆਂ ਵੀ ਹੋ ਰਹੀਆਂ, ਚਾਹੇ ਉਹ ਕਿਸੇ ਪਾਸਿਓਂ ਵੀ ਹੋ ਰਹੀ ਹੈ, ਉਹਦੇ ਵਾਸਤੇ ਆਵਾਜ਼ ਉਠਾਉਣਾ ਅਸਲੀ ਅਧਿਆਤਮਿਕਤਾ ਹੈ। ਉਹ ਜਿਹੜੇ ਭਗਤ ਨੇ ਸਾਡੇ, ਮੇਰਾ ਮੰਨਣਾ ਇਹ ਹੈ ਵੀ ਭਗਤਾਂ ਦਾ ਅਰਥ ਜਿੰਨੇ ਪੈਂਤੀਆਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ, ਉਹ ਇਨਕਲਾਬੀ ਨੇ। ਉਹਨਾਂ ਨੂੰ ਅਸੀਂ ਇੱਦਾਂ ਬਣਾ ਦਿੱਤਾ ਆ, ਇੱਦਾਂ ਵੀ ਉਹ ਇੱਦਾਂ ਬੈਠੇ ਆ, ਬਸ ਆਪਣੇ ਆਪ ਬਾਣੀ ਉੱਤਰ ਰਹੀ ਹੈ, ਮਾਲਾ ਚੱਲ ਰਹੀ ਹੈ, ਸਿਮਰਨ ਕਰ ਰਹੇ ਹੈ, ਕਿਸੇ ਭੋਰੇ 'ਚ ਬੈਠੇ ਆ, ਲੋਕ ਉਹਨਾਂ ਕੋਲ ਆ ਰਹੇ ਹੈ, ਜਿੱਦਾਂ ਦੇ ਅੱਜ ਅਧਿਆਤਮਿਕ ਗੁਰੂ ਨੇ ਸੀ, ਉਹਨਾਂ ਨੂੰ ਇੱਦਾਂ ਦਾ ਕਿਉਂ ਬਣਾ ਕੇ ਪੇਸ਼ ਕਰਦੇ ਹਾਂ? ਸਪਿਰਚੁਅਲਿਟੀ, ਅਧਿਆਤਮਿਕਤਾ ਅਸਲ 'ਚ ਕੁਦਰਤ ਦਾ ਸਿਸਟਮ ਹੈ। ਕੁਦਰਤ ਦੇ ਨਿਯਮਾਂ ਨੂੰ ਸਹੀ ਤਰੀਕੇ ਸਿਰ ਸਮਾਜ 'ਚ ਲਾਗੂ ਕਰੋ, ਏਕ ਨੂਰ 'ਤੇ ਸਭ ਜਗ ਉਪਜਿਆ। ਇੱਕ ਜੱਗ ਦੇ ਵਿੱਚ ਕੋਈ ਬੰਦਾ ਬਿਲਕੁਲ ਹੀ ਥੱਲੇ ਹੈ, ਕਈ ਬਹੁਤ ਉੱਪਰ ਚਲੇ ਗਏ ਆ, ਉਹਨਾਂ ਨੂੰ ਬੈਲੈਂਸ ਕਰਨ ਵਾਸਤੇ ਜਿਹੜੇ ਬੰਦਿਆਂ ਨੇ ਵੀ ਆਵਾਜ਼ ਉਠਾਈ, ਵਾਧਾ ਕੀ ਬਣ ਰਿਹਾ ਉਹਦੇ ਵਿੱਚ, ਚਾਹੇ ਉਹ ਸਮਾਜ ਬਣ ਰਿਹਾ, ਚਾਹੇ ਧਰਮ ਬਣ ਰਿਹਾ, ਗਲਤ ਅਖੌਤੀ ਧਰਮ, ਅਖੌਤੀ ਰਾਜਨੀਤੀ, ਜੋ ਕੁਛ ਵੀ ਚੱਲਦਾ ਹੈ ਉਹਦੇ ਸੰਬੰਧ ਵਿੱਚ ਬੰਦੇ ਆਵਾਜ਼ ਉਠਾਉਣ। ਕੌਣ ਕਰ ਰਿਹਾ ਅਖੌਤੀ ਰਾਜਨੀਤੀ, ਕੌਣ ਕਰ ਰਿਹਾ? ਬਹੁਤ ਕੁਛ ਚੱਲਦਾ ਹੈ ਜੀ, ਇੱਕ ਚੀਜ਼ ਥੋੜ੍ਹਾ ਚੱਲਦੀ ਹੈ ਬਹੁਤ। ਅੱਜ ਸਾਡੇ 'ਤੇ ਅਸਲੀ ਰਾਜਨੀਤੀ ਅਜੇ ਸ਼ੁਰੂ ਵੀ ਨਹੀਂ ਹੋਈ, ਸਾਡੇ ਵਿੱਚ ਤਾਂ ਸਾਰੇ ਪਾਸੇ ਕਰਪਸ਼ਨ ਹੈ, ਪਹਿਲਾਂ ਵੀ ਸੀ ਅਤੇ ਅੱਜ ਵੀ ਹੈ, ਉਹਨੂੰ ਕੱਢਣ ਵਾਸਤੇ ਸਾਰੇ ਆਪੋ ਆਪਣੇ ਤਰੀਕਿਆਂ ਨਾਲ ਯਤਨ ਕਰੀਏ। ਤੁਹਾਨੂੰ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਕਦੇ ਬੁਲਾਇਆ ਗਿਆ, ਸਮਝਾਇਆ ਗਿਆ, ਜਾਂ ਤੁਹਾਡੇ ਤੋਂ ਪੁੱਛਿਆ ਗਿਆ ਵੀ ਜਿਹੜੀਆਂ ਦਿੱਕਤਾਂ ਹੈਗੀਆਂ ਜਾਂ ਟਕਰਾਅ ਦੀ ਸਥਿਤੀ ਜਿਹੜੀ ਪੈਦਾ ਹੁੰਦੀ ਆਪਾਂ ਦੂਰ ਕਰ ਲਈਏ ਮਿਲ ਬੈਠ? ਨਹੀਂ, ਉਹਨਾਂ ਨੇ ਅੱਜ ਤੱਕ ਮੈਨੂੰ ਇੱਦਾਂ ਦਾ ਕੁਛ ਨਹੀਂ ਬੁਲਾਇਆ। ਉਹਨਾਂ ਨੇ ਰੋਕਿਆ ਜ਼ਰੂਰ ਹੈ ਪ੍ਰੋਗਰਾਮ, ਜਿਸ ਤਰ੍ਹਾਂ ਮੈਂ ਕਰਨ ਗਿਆ ਸੀ ਦਰਬਾਰ ਸਾਹਿਬ ਅੰਮ੍ਰਿਤਸਰ, ਪ੍ਰੋਗਰਾਮ ਰੱਖਿਆ ਸੀ, ਉੱਥੇ ਇਹਨਾਂ ਨੇ ਕਿਹਾ ਸੀ ਕਿ ਟਕਰਾਅ ਹੋਏਗਾ, ਇੱਥੇ ਸੰਨ 78 ਵਾਲਾ ਸਾਕਾ ਵਰਤ ਜਾਏਗਾ, ਤਾਂ ਮੈਂ ਬੈਕ ਹਟ ਗਿਆ ਸੀ।
फिर तरन तारण समागम रखिया सी उत्थे भी मैं बैक हट गया सी भी चलो जे सा मेरे जान नाल उत्थे है 8-10 बंदे एक ही जथेबंदी दे जिहड़े उत्थे आए जिन्हां ने रौला पाया पर मैनू लगा सी कि ठीक नहीं अकाल तख्त ने विच इहदे हो के ये कहा सी भी इहनां नूं प्रोग्राम नहीं करने चाहिए तो मैं बैक हट गया सी। तुसीं कदे आप कोशिश कीती श्री अकाल तख्त साहिब कोल जाया जावे? नहीं अकाल तख्त पक्ष पूरदा जी अकाल तख्त दे जिहड़े बंदे ने इस वेले उत्थे दे जिहड़े जथेदार ने ਉਹ ਜਥੇਦਾਰ ਇੱਕ ਧਿਰ ਦੀ ਸਪੋਰਟ ਕਰਦੇ ਨੇ ਉਹਨਾਂ ਨੂੰ ਅੱਜ ਤੱਕ ਇਹ ਤਾਂ ਕਹਿਣਾ ਚਾਹੀਦਾ ਸੀ ਵੀ ਛਬੀਲ ਲਾ ਕੇ ਬੰਦਾ ਮਾਰਨਾ ਗਲਤ ਹੈ ਉਹਨਾਂ ਨੇ ਨਹੀਂ ਕਿਹਾ ਅੱਜ ਤੱਕ ਵੀ ਉਹਨਾਂ ਨੇ ਇੱਦਾਂ ਦੀ ਕੋਈ ਗੱਲ ਜਿਹੜੀ ਜੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਇਹ ਗੱਲ ਕਹੀ ਜਾਂਦੀ ਹੈ ਵੀ ਉਹ ਮਾੜਾ ਹੋਇਆ ਮੰਦਭਾਗਾ ਸੀਗਾ ਫਿਰ ਰਣਜੀਤ ਸਿੰਘ ਉੱਥੇ ਜਾਣਗੇ ਬਰਾਬਰ ਰੱਖਣਗੇ ਜਿਸ ਵੇਲੇ ਉਹ ਬਰਾਬਰ ਰੱਖਣਗੇ ਉਹ ਜਿਸ ਉਹਨਾਂ ਨੇ ਅੰਮ੍ਰਿਤਸਰ ਸਾਡੀ ਸ਼ਿਕਾਇਤ ਕੀਤੀ ਹੈ ਉੱਥੇ ਚਾਹੀਦਾ ਕੀ ਸੀ ਜਥੇਦਾਰਾਂ ਨੂੰ ਵੀ ਢੱਡਰੀਆਂ ਵਾਲਾ ਸਮਾਗਮ ਕਰਨ ਵਾਸਤੇ ਅੰਮ੍ਰਿਤਸਰ 'ਚ ਆ ਰਿਹਾ ਉਹਨੂੰ ਕਰਨ ਦਿੱਤਾ ਜਾਵੇ ਜੋ ਕੁਛ ਉਹ ਗਲਤ ਬੋਲੇਗਾ ਮੇਰੇ ਕੋਲ ਰਿਪੋਰਟ ਲਿਆਂਦੀ ਜਾਵੇ ਧਾਰਮਿਕ ਭਾਵਨਾ ਜਾਂ ਕੁਛ ਗਲਤ ਗੁਰਬਾਣੀ ਤੋਂ ਉਲਟ ਚੱਲੇਗਾ ਤਾਂ ਅਸੀਂ ਉਹਦੇ 'ਤੇ ਫਿਰ ਐਕਸ਼ਨ ਲਵਾਂਗੇ ਪਰ ਇਹ ਪਹਿਲਾਂ ਹੀ ਕਹਿ ਦੇਣਾ ਕਿ ਇਹਨਾਂ ਦੇ ਆਉਣ ਨਾਲ ਟਕਰਾਵ ਹੋ ਜਾਏਗਾ ਪ੍ਰੋਗਰਾਮ ਰੱਦ ਕਰ ਦਿਓ ਫਿਰ ਇਹਦਾ ਮਤਲਬ ਇਹ ਹੈ ਕਿ ਉਸ ਪਾਸੇ ਖੜ੍ਹੇ ਹੋ ਜਾਣਾ ਤਰਨ ਤਾਰਨ ਸਾਹਿਬ ਸਮਾਗਮ ਹੈ ਉਹਨੂੰ ਸਮਾਗਮ ਕਰਨ ਦਿਓ ਜੇ ਕੋਈ ਗਲਤ ਕਰੂਗਾ ਤਾਂ ਮੇਰੇ ਕੋਲ ਸ਼ਿਕਾਇਤ ਲੈ ਕੇ ਆਇਓ ਇਹ ਤਾਂ ਨਹੀਂ ਨਾ ਹੁੰਦਾ ਕਿ ਮੇਰੇ ਕੋਲ ਬੰਦੇ ਆਏ ਆ ਤਾਂ ਕਰਕੇ ਢੱਡਰੀਆਂ ਵਾਲਾ ਰੁਕ ਜਾਏ ਇਹ ਕੀ ਹੋਇਆ ਜੀ ਮੇਰੀ ਕੋਈ ਗਲਤੀ ਪਹਿਲਾਂ ਉਹਨਾਂ ਨੂੰ ਜਿਹੜੀਆਂ ਗੁਰਬਾਣੀ ਦੇ ਮੁਤਾਬਕ ਸਿੱਖ ਰਹਿਤ ਮਰਿਆਦਾ ਦੇ ਮੁਤਾਬਕ ਉਹਨਾਂ ਨੂੰ ਮੇਰੀਆਂ ਗਲਤੀਆਂ ਕੱਢਣੀਆਂ ਪੈਣਗੀਆਂ ਨਾ ਫਿਰ ਮੈਨੂੰ ਰੋਕਣਾ ਇਹ ਜਾਇਜ਼ ਬਣਦਾ ਪ੍ਰਚਾਰਕ ਦੇ ਤੌਰ 'ਤੇ ਤੁਹਾਨੂੰ ਜਾਣਿਆ ਜਾਂਦਾ ਤੁਸੀਂ ਰਹਿਤ ਮਰਿਆਦਾ ਦੇ ਮੁਤਾਬਕ ਸਾਰਾ ਕੁਛ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਿੱਖ ਰਹਿਤ ਮਰਿਆਦਾ ਉਹ ਹੈ ਸਾਰੇ ਸਿੱਖਾਂ ਦਾ ਵਿਧਾਨ ਜੋ ਕਿ ਇਸ ਵੇਲੇ ਬਣਿਆ ਹੋਇਆ ਮੈਂ ਅੱਜ ਤੋਂ 5 ਸਾਲ ਪਹਿਲਾਂ ਮੈਂ ਇੱਥੇ ਬਾਬਿਆਂ ਵਾਲੀ ਮਰਿਆਦਾ ਜੋ ਕਿ ਜਿਹੜੇ ਮੇਰੇ ਅੱਜ ਵਿਰੋਧੀ ਨੇ ਇਹਨਾਂ ਦੀ ਮਰਿਆਦਾ ਇੱਥੇ ਲਾਗੂ ਸੀ ਔਰ ਮੈਂ ਖੁਦ ਬਾਬਿਆਂ 'ਚੋਂ ਆਇਆ ਕਰਕੇ ਮੈਂ ਵੀ ਉਹੀ ਲਾਗੂ ਰੱਖਦਾ ਸੀ ਮੈਨੂੰ ਇਹ ਲੱਗਦਾ ਸੀ ਕਿ ਆਪੋ ਆਪਣੀ ਡਫਲੀ ਵਜਾਉਣ ਨਾਲੋਂ ਸਾਰੇ ਬੰਦੇ ਸ਼੍ਰੀ ਅਕਾਲ ਤਖਤ ਦੀ ਮਰਿਆਦਾ ਲਾਗੂ ਕਰ ਲੈਣ ਸਾਰੇ ਗੁਰਦੁਆਰਿਆਂ 'ਚ ਇੱਕ ਮਰਿਆਦਾ ਮਤਲਬ ਇੱਕ ਸੋਚ ਅਤੇ ਮੈਂ ਇੱਥੇ ਉਹ ਹਟਾ ਕੇ ਸਾਰਾ ਕੁਛ ਸ਼੍ਰੀ ਅਕਾਲ ਤਖਤ ਦੀ ਸਿੱਖ ਰਹਿਤ ਮਰਿਆਦਾ ਲਾਗੂ ਕਰ ਲਈ ਔਰ ਗੁਰਬਾਣੀ ਨੂੰ ਬੇਸ ਬਣਾ ਕੇ ਨਾ ਕਿ ਬਾਬਿਆਂ ਦੀਆਂ ਗੱਲਾਂ ਨੂੰ ਉਹਨਾਂ ਦੇ ਕਹੇ ਬਚਨ ਮਹਾਂਪੁਰਖਾਂ ਨੇ ਜੋ ਕਹਿ ਦਿੱਤਾ ਬਸ ਕਹਿ ਦਿੱਤਾ ਉਹਨਾਂ ਨੂੰ ਬੇਸ ਛੱਡ ਕੇ ਗੁਰਬਾਣੀ ਦੇ ਮੁਤਾਬਕ ਪ੍ਰਚਾਰ ਸ਼ੁਰੂ ਕਰ ਉਦੋਂ ਤੁਹਾਡੇ ਤੋਂ ਗਲਤੀਆਂ ਹੋਈਆਂ ਪਹਿਲਾਂ ਤੁਹਾਡੇ ਤੋਂ ਗਲਤੀਆਂ ਕਰਵਾਈਆਂ ਗਈਆਂ ਤੁਹਾਡੇ ਤੋਂ ਉਸ ਤੋਂ ਪਹਿਲਾਂ ਜਿੰਨੀ ਮੈਨੂੰ ਸਮਝ ਸੀ ਵੀ ਜੋ ਸੁਣਿਆ ਸੀ ਉਸੇ ਮੁਤਾਬਕ ਲੱਗਦਾ ਸੀ ਕਿ ਸ਼ਾਇਦ ਧਰਮ ਦਾ ਆਹੀ ਰੂਪ ਹੈ ਉਹ ਚੰਗਾ ਲੱਗਦਾ ਸੀ ਉਹਨੂੰ ਮੈਂ ਪ੍ਰਚਾਰਦਾ ਰਿਹਾ ਜਿਸ ਵੇਲੇ ਸਮਝ ਆਈ ਵੀ ਇਹ ਗੱਲ ਜਿਹੜੀ ਹੈ ਗੁਰਬਾਣੀ ਦੇ ਮੁਤਾਬਕ ਸਾਡੀਆਂ ਗੱਲਾਂ ਸਮਾਜ ਨੂੰ ਅੱਗੇ ਨਹੀਂ ਲਿਜਾ ਰਹੀਆਂ ਸਗੋਂ ਡਾਊਨ ਕਰ ਰਹੀਆਂ ਤਾਂ ਮੈਂ ਉਸ ਵੇਲੇ ਆਪਣੇ ਪ੍ਰਚਾਰ ਨੂੰ ਬਦਲਿਆ ਰਣਜੀਤ ਸਿੰਘ ਨੇ ਆਪਣੇ ਆਪ ਨੂੰ ਬਦਲ ਦਿੱਤਾ ਬਿਲਕੁਲ ਬਦਲਿਆ ਔਰ ਅੱਗੇ ਤੋਂ ਵੀ ਫਿਰ ਤੁਹਾਡਾ ਬਦਲਾਅ ਪਸੰਦ ਨਹੀਂ ਆਇਆ ਉਹਨਾਂ ਨੂੰ ਇਹ ਲੱਗਾ ਨਾ ਵੀ ਇੱਕ ਬਾਬਾ ਸਾਡੇ ਵਿੱਚ ਬਾਬਾ ਆ ਸਾਡਾ ਪ੍ਰਚਾਰਕ ਹੈ ਸਾਡਾ ਸਾਥੀ ਹੈ ਔਰ ਹੈ ਵੀ ਵੱਡੀ ਪੱਧਰ 'ਤੇ ਉਸ ਵੇਲੇ ਵੀ ਅੱਜ ਮੈਨੂੰ 18 ਸਾਲ ਹੋ ਗਏ ਹੈ ਮੇਰੇ ਸੁਣਨ ਵਾਲਿਆਂ ਦੇ ਵਿੱਚ ਫਰਕ ਨਹੀਂ ਹੈਗਾ ਉਹ ਪਹਿਲਾਂ ਵੀ ਉਦਾਂ ਹੀ ਹੁੰਦੇ ਸੀ ਅੱਜ ਵੀ ਇਕੱਠ ਹੋਣ ਲਈ ਤੁਸੀਂ ਉਹਨਾਂ ਨਾਲ ਜੁੜੇ ਰਹੇ ਹੋ ਸੰਤ ਸਮਾਜ ਦੇ ਨਾਲ ਜੁੜਿਆ ਰਿਹਾ ਔਰ ਮੈਂ ਸੰਪਰਦਾਈ ਪ੍ਰਚਾਰ ਕੀਤਾ ਉਹੀ ਕੀਤਾ ਅਤੇ ਜਿਸ ਵੇਲੇ ਮੈਨੂੰ ਸਮਝ ਆਈ ਮੈਂ ਆਪਣੀਆਂ ਗੱਲਾਂ ਨੂੰ ਬੜੀ ਬੇਬਾਕੀ ਨਾਲ ਕੱਟਿਆ ਕਿ ਮੈਂ ਸੁਣਾਇਆ ਸਭ ਤੋਂ ਵੱਡਾ ਨੁਕਸਾਨ ਤਾਂ ਇਹਦਾ ਮੈਨੂੰ ਹੈ ਤੁਸੀਂ ਕਹਿਣਾ ਵੀ ਤੈਨੂੰ ਪਹਿਲਾਂ ਨਹੀਂ ਸੀ ਪਤਾ ਪਰ ਮੈਂ ਸੋਚਿਆ ਵੀ ਜੋ ਸੱਚ ਹੈ ਉਹਨੂੰ ਸਾਨੂੰ ਸਮਝ ਕੇ ਮੰਨ ਲੈਣਾ ਚਾਹੀਦਾ ਫਲੈਕਸੀਬਲ ਅਸੀਂ ਹੋਣੇ ਚਾਹੀਦੇ ਹਾਂ ਵੀ ਜਿੱਥੇ ਮੇਰੀ ਗਲਤੀ ਹੈ ਵੀ ਮੈਨੂੰ ਲੱਗਦਾ ਵੀ ਆਹ ਗੱਲਾਂ ਮੈਂ ਸਹੀ ਨਹੀਂ ਸੁਣਾਈਆਂ ਕੁਛ ਗੱਲਾਂ ਮੈਂ ਜਿਵੇਂ ਜਿਵੇਂ ਮੈਨੂੰ ਸਮਝ ਆਉਂਦੀ ਗਈ ਮੈਂ ਕੱਟਦਾ ਗਿਆ ਔਰ ਉਹ ਬੰਦੇ ਉਸ ਚੀਜ਼ ਨੂੰ ਬਦਲਣ ਵਾਸਤੇ ਤਿਆਰ ਨਹੀਂ ਉਹਨਾਂ ਨੇ ਉਸ ਵੇਲੇ ਤੋਂ ਇਹ ਰੌਲਾ ਪਾ ਲਿਆ ਵੀ ਇਹ ਬੰਦਾ ਜਦੋਂ ਇੱਦਾਂ ਦਾ ਪ੍ਰਚਾਰ ਕਰ ਰਿਹਾ ਆ ਜੀ ਹੁਣ ਮੈਂ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਮੰਨਦਾ ਹਾਂ ਅਕਾਲ ਤਖਤ ਵਾਲੇ ਮੇਰੇ ਵਿਰੁੱਧ ਹੈ ਜਿਹੜੇ ਹੁਣ ਮੰਨ ਲਓ ਇਸ ਵੇਲੇ ਨਾਨਕਸਰ ਸੰਪਰਦਾ ਰਾੜਾ ਸਾਹਿਬ ਸੰਪਰਦਾ ਦਮਦਮੀ ਟਕਸਾਲ ਅਖੰਡ ਕੀਰਤਨੀ ਜਥਾ ਇੱਕ ਨਿਹੰਗ ਸਿੰਘ ਜਥੇਬੰਦੀ ਇਹ ਸਾਰੀਆਂ ਜਥੇਬੰਦੀਆਂ ਦੀ ਆਪਣੀ ਆਪਣੀ ਮਰਿਆਦਾ ਹੈ ਅਤੇ ਜਥੇਦਾਰ ਉਹਨਾਂ ਦੇ ਡੇਰਿਆਂ ਵਿੱਚ ਜਾਂਦੇ ਹੈ ਉਹਨਾਂ ਤੋਂ ਲਿਫਾਫੇ ਲੈਂਦੇ ਹੈ ਉਹਨਾਂ ਦੇ ਵਿਰੁੱਧ ਕੁਛ ਨਹੀਂ ਕਹਿੰਦੇ ਅਸੀਂ ਜਿਹੜੇ ਬੰਦੇ ਹਾਂ ਅਸੀਂ ਸ਼੍ਰੀ ਅਕਾਲ ਤਖਤ ਦੀ ਮਰਿਆਦਾ ਨੂੰ ਸਮਰਪਿਤ ਹਾਂ ਅਸੀਂ ਇਹਨਾਂ ਨੂੰ ਅਕਾਲ ਤਖਤ ਦੀ ਮਰਿਆਦਾ ਨੂੰ ਮੰਨਣ ਵਾਲਿਆਂ ਦੇ ਉੱਤੇ ਇਹ ਫਤਵੇ ਜਾਰੀ ਕਰਦੇ ਹੈ ਉਹਨਾਂ ਨੂੰ ਇਹ ਚੁੱਪ ਕਰਾਉਂਦੇ ਹੈ ਉਹਨਾਂ ਬਾਬਿਆਂ ਨਾਲ ਇਹ ਸਾਰੇ ਸਾਂਝੇ ਹੈ ਕਿਉਂਕਿ ਇਹ ਜਿਹੜੇ ਜਥੇਦਾਰ ਵੀ ਸਾਡੇ ਬਹੁਤੇ ਹੈ ਇਹ ਡੇਰਿਆਂ 'ਚੋਂ ਪੜ੍ਹ ਕੇ ਆਏ ਹੈ ਜਿੰਨੇ ਗ੍ਰੰਥੀ ਐਸ ਜੀ ਪੀ ਸੀ ਦੇ ਵਿੱਚ ਨੇ ਉਹ ਬਹੁਤ ਬੰਦੇ ਜਿਹੜੇ ਹੈ ਉਹ ਡੇਰਿਆਂ ਦੇ ਵਿੱਚੋਂ ਪੜ੍ਹ ਕੇ ਬਹੁਤ ਬੰਦੇ ਆਏ ਹੈ ਯਾਨੀ ਜਗਤਾਰ ਸਿੰਘ ਹੈੱਡ ਗ੍ਰੰਥੀ ਨੇ ਉਹ ਟਕਸਾਲ ਦੇ ਵਿਦਿਆਰਥੀ ਰਹਿ ਚੁੱਕੇ ਨੇ ਅੱਜ ਚਾਹੇ ਅਕਾਲ ਤਖਤ ਦੀ ਮਰਿਆਦਾ 'ਤੇ ਚਲੇ ਗਏ ਹੋ ਅਕਾਲ ਤਖਤ ਅਤੇ ਹੈੱਡ ਗ੍ਰੰਥੀ ਦਰਬਾਰ ਸਾਹਿਬ ਦੇ ਨੇ ਪਰ ਪੜ੍ਹ ਕੇ ਤਾਂ ਉੱਥੋਂ ਹੀ ਆਏ ਨੇ ਨਾ ਉਹਨਾਂ ਦੀ ਬੈਕ ਤਾਂ ਉਹੀ ਹੈ ਤਾਂ ਕਰਕੇ ਉਹ ਪੱਖ ਹੈ ਜਿਹੜਾ ਠੀਕ ਹੈ ਸੰਪਰਦਾਇਆਂ ਦਾ ਹੀ ਪੂਰ ਤੁਹਾਡੀ ਪੜ੍ਹਾਈ ਕਿੱਥੋਂ ਹੋਈ ਹੈ ਮੈਂ ਤੁਹਾਨੂੰ ਦੱਸਿਆ ਵੀ ਮੈਂ ਸੰਪਰਦਾ ਵਿੱਚੋਂ ਪੜ੍ਹਿਆ
मैं खुद संपर्दा विचों जे आम दर्शकों को समझाना हो कितों तक पढ़े हो क्योंकि तुसी बहुत छोटी उम्रे मैं दसवीं क्लास कर रहा सी जिस वेले मैं राड़ा साहब रहा उत्थे मैं प्राइवेट दसवीं कीती सी पर वो जाने कि मेरी पूरी नहीं हो सकी इन्नी यंग एज दे विच तुसी बड़ा कुछ हासिल किया मन तो डोल जाता होगा किस तरह भी इन्ना कुछ मेरे को आ गया मेरे को की है क्योंकि तुहाडे फॉलोअर बहुत ज़्यादा तो अक्सर ये मनिया जाता है कि तुहाडे फॉलोअर ज़्यादा लड़ाई इसे दी है नहीं सुनने वाले की गिनती की तो गल ठीक है मैं मानता कि मैं जिथे कितने भी गया अपनी गल रखदा सुनने वाले उत्थे मैनू आउंदे है मैं वेखदा भी ठीक है कितने 10,000-20,000 आ रहे उन्हों चो किन्ने के बंदे समझते उन्हों उत्ते मैं की माण कर सकता बाकी जिहड़ा कुछ है ये हुण लंगर च संगत बैठी है दरबार साहब उत्थे पब्लिक मिल रही है मेरी फिर टकराव किस चीज़ का टकराव हैगा आ मेरी गल विच दलील है मेरी गल विच लॉजिक है जे तुसी मेरा 2-2.5 घंटे का प्रोग्राम लगातार सुनोगे उस दिन भी मैनू पत्रकार वीर पुछदे सी तुहाडा विरोध क्यों हुंदा मैं कहा जो दवान सुनो 2 घंटे सुनन तो बाद तुहानू पता लग जाएगा भी मेरा विरोध क्यों हुंदा क्योंकि मेरी गल का जवाब नहीं तुसी कह रहे लॉजिक ते गल करदा हाँ दलील नाल गल करदा धर्म है जिहड़ा वो लॉजिक नाल अगे वधदा जां विश्वास नाल वधदा नहीं विश्वास है जिहड़ा वो सच ते होना चाहीदा अंध विश्वास जो बन गया फिर तो गलत हो गया अंध विश्वास जिथे भी किसी का बन रहा उन्होंने सानू तोड़ना चाहिए आ और गुरु ग्रंथ साहब जी ने तोड़िया जो गुरु ग्रंथ साहब जी हुण देखो सारे लोगों के विश्वास बने हुए है किसी बंदे का विश्वास बनया होया है कि मैं तीर्थां ते नहाउण जाना विश्वास ने ना किसी बंदे का विश्वास है कि चुप रहने वाले महापुरख बोलते नहीं किसी नाल बाणी शुरू कितों हुंदी है सोचा सोच ना हो बई जे सोची लख वार की होएगा तेरा मन तो सुचा होया ना चुप है चुप ना हो बई जे लाए रहा लिवतार कोई बंदा वर्त रखता भुखिया भुख ना उतरी शुरुआत जपजी साहब इतों हो रहा भाव कहण का यह है कि यह जिहड़ा जिहड़ियां गलत मानतावां साडे च प्रचलित हो जांदियां लोग गुमराह हुंदे है उहदी बाबत गुरबाणी ने गल कीती है उसे गुरबाणी नूं बेस बना के जदों तुसीं प्रचार करदे हो ਤਾਂ ਉਹ ਤਰਕ ਨਾਲ ਗੱਲ ਹੋਣੀ ਤੁਸੀਂ ਪ੍ਰਚਾਰ ਜਿਹੜਾ ਕਰਦੇ ਹੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਦਾਇਰੇ ਦੇ ਵਿੱਚ ਰਹਿ ਕੇ ਕਰਦੇ ਹੋ ਜਾਂ ਕਦੇ ਦਾਇਰੇ ਤੋਂ ਬਾਹਰ ਹੋ ਜਾਂਦੇ ਹੋ ਜਾਂ ਹੋਏ ਸੀਗੇ ਨਹੀਂ ਨਹੀਂ ਗੁਰਬਾਣੀ ਦੇ ਦਾਇਰੇ ਦੇ ਵਿੱਚ ਰਹਿ ਕੇ ਗੱਲ ਕਰਦਾ ਹਾਂ ਉਸ ਜਿਹੜੀਆਂ ਜੋ ਗੁਰੂ ਸਾਹਿਬ ਨੇ ਦੱਸਿਆ ਉਹਨੂੰ ਅੱਜ ਦੇ ਹਿਸਾਬ ਨਾਲ ਐਕਸਪਲੇਨ ਕਰਨ ਦੀ ਤੁਹਾਡੇ ਜਿਹੜੇ ਪ੍ਰਚਾਰ ਕੀਤੇ ਹੋਏ ਉਹਦੇ ਵਿੱਚ ਬਾਣੀ ਦੀ ਗੱਲ ਪਾਣੀ ਦੀ ਗੱਲ ਜਲ ਦੀ ਗੱਲ ਉਹਦੇ ਵਿੱਚ ਲੰਗਰ ਦੀ ਗੱਲ ਉਹਨਾਂ ਚੀਜ਼ਾਂ ਨੂੰ ਕਿਉਂ ਵਿਰੋਧ ਵਜੋਂ ਦੇਖਿਆ ਗਿਆ ਫਿਰ ਇਹ ਜਿਸ ਤਰ੍ਹਾਂ ਹੁਣ ਮੈਂ ਕਿਹਾ ਕਿ ਪਾਣੀ ਲੈ ਕੇ ਆਉਂਦੇ ਹੋ ਬਾਣੀ ਲੈ ਕੇ ਆਓ ਓਕੇ ਪਾਣੀ ਸ਼ਬਦ ਹੈਗਾ ਆ ਪੰਜਾਬੀ ਦਾ ਅਤੇ ਜਲ ਸ਼ਬਦ ਹੈਗਾ ਆ ਹਿੰਦੀ ਦਾ ਬਾਣੀ ਵਿੱਚ ਹਿੰਦੀ ਵੀ ਲਿਖੀ ਹੈ ਅਤੇ ਪੰਜਾਬੀ ਵੀ ਲਿਖੀ ਸਾਰੀਆਂ ਭਾਸ਼ਾਵਾਂ ਹੈਗੀਆਂ ਹੁਣ ਮੈਂ ਪਾਣੀ ਸ਼ਬਦ ਵਰਤਿਆ ਬਾਣੀ 'ਚ ਦੋਵੇਂ ਗੱਲਾਂ ਆਉਂਦੀਆਂ ਹੁਣ ਸਾਡੇ ਬੰਦੇ ਪਿੱਟਦੇ ਆ ਕਿ ਪੰਜਾਬੀ ਬੋਲੋ ਬੋਰਡਾਂ ਦੇ ਉੱਤੇ ਹੀ ਬੰਦੇ ਲਿਖਦੇ ਆ ਵੀ ਪੰਜਾਬੀ ਕਰੋ ਪੰਜਾਬੀ ਜੇ ਮੈਂ ਮੰਨ ਲਓ ਪੰਜਾਬੀ ਦਾ ਸ਼ਬਦ ਵਰਤ ਲਿਆ ਪਾਣੀ ਪਾਣੀ ਤਾਂ ਲੈ ਕੇ ਆਉਂਦੇ ਹੋ ਯਾਰ ਬਾਣੀ ਵੀ ਲੈ ਕੇ ਆਇਆ ਕਰੋ ਸਮਝ ਵੀ ਲੈ ਕੇ ਆਓ ਤੂੰ ਅਕਲ ਲੈ ਕੇ ਆਇਆ ਕਰੋ ਜੇ ਜਾਣਾ ਸੀ ਤਾਂ ਇਹਦੇ ਵਿੱਚ ਕੀ ਹੋ ਗਿਆ ਪਾਣੀ ਕਹਿਣ ਕਰਕੇ ਵਿਰੋਧ ਹੋਇਆ ਉਹ ਬਹਾਨਾ ਬਣਾਇਆ ਦੇਖੋ ਵਿਰੋਧ ਇਹਨਾਂ ਨੂੰ ਹੈਗਾ ਆ ਇਹਨਾਂ ਦੀਆਂ ਮਾਨਤਾਵਾਂ ਇਹਨਾਂ ਦੀਆਂ ਗੱਦੀਆਂ ਬਾਬਿਆਂ ਦੇ ਸਿਸਟਮ ਦੇ ਉੱਤੇ ਮੇਰੀਆਂ ਗੱਲਾਂ ਚੋਟ ਕਰਦੀਆਂ ਨੇ ਪ੍ਰੋਬਲਮ ਇਹਨਾਂ ਨੂੰ ਇਹ ਹੈ ਵੀ ਹੈ ਤਾਂ ਆਪਣੀ ਨਿੱਜੀ ਉਹਨੂੰ ਕਹਿੰਦੇ ਆ ਵੀ ਗੁਰੂ ਦੋਖੀ ਹੈ ਗੁਰੂ ਨਿੰਦਕ ਹੈ ਗੁਰੂ ਸਾਹਿਬ ਦੀ ਵਿਰੋਧਤਾ ਕਰਦਾ ਤੁਸੀਂ ਦੱਸੋ ਜੇ ਮੈਂ ਕਹਾਂਗਾ ਵੀ ਸਰੋਵਰ ਪੂਰ ਦਿਓ ਅਤੇ ਦਰਬਾਰ ਸਾਹਿਬ ਢਾਹ ਦਿੱਤਾ ਜਾਵੇ ਉਹ ਇੱਕ ਆਮ ਇਮਾਰਤ ਹੈ ਕੀ ਅੱਜ ਤੱਕ ਮੈਨੂੰ ਛੇਕ ਨਾ ਦਿੱਤਾ ਜਾਂਦਾ ਹੁੰਦਾ ਜੇ ਮੈਂ ਨਿੰਦਿਆ ਗੁਰੂ ਦੀ ਐਡੀ ਵੱਡੀ ਪੱਧਰ 'ਤੇ ਕਰ ਰਿਹਾ ਮੇਰੇ ਇਹ ਕਹਿੰਦੇ ਆ ਜੀ ਸਾਡੇ ਕੋਲ ਸਬੂਤ ਨੇ ਉਹ ਸਬੂਤ ਅਕਾਲ ਤਖ਼ਤ 'ਤੇ ਲਿਜਾ ਕੇ ਜਥੇਦਾਰ ਇਹਨਾਂ ਦੇ ਨੇ ਅੱਜ ਤੱਕ ਤਾਂ ਕਦੋਂ ਦਾ ਮੈਨੂੰ ਪੰਥ 'ਚੋਂ ਬਾਹਰ ਦਾ ਮੂੰਹ ਵਿਖਾ ਦੇਣਾ ਸੀ ਕਿਉਂਕਿ ਇਹਨਾਂ ਕੋਲ ਕੋਈ ਇੱਦਾਂ ਦਾ ਸਬੂਤ ਨਹੀਂ ਇਹ ਸਾਰੀਆਂ ਗੱਲਾਂ ਜਿਹੜੀਆਂ ਬਣਾਈਆਂ ਕੱਟ ਵੱਢ ਕੀਤੀ ਹੈ ਇਹਨਾਂ ਨੂੰ ਪਤਾ ਵੀ ਜਦੋਂ ਕੱਟ ਕੇ ਲੈ ਕੇ ਜਾਵਾਂਗੇ ਅਸੀਂ ਪੂਰੀ ਭੇਜਾਂਗੇ ਉਹ ਪੂਰੀ ਵਿੱਚ ਗੱਲ ਕਲੀਅਰ ਹੋ ਰਹੀ ਹੈ ਮੈਂ ਕਹਿ ਕੀ ਰਿਹਾ ਉਹਨੂੰ ਬਣਾਇਆ ਗਿਆ ਤੁਹਾਨੂੰ ਕਿਉਂ ਲੱਗਦਾ ਤੁਸੀਂ ਨਿਸ਼ਾਨੇ 'ਤੇ ਕਿਉਂਕਿ ਜਦੋਂ ਗਾਇਕਾਂ ਨੇ ਕੁਛ ਗਾਇਆ ਤੁਸੀਂ ਉਦੋਂ ਵੀ ਟਿੱਪਣੀ ਕੀਤੀ ਜਦੋਂ ਹੁਣ ਇਹ ਵੀਡੀਓ ਸਾਹਮਣੇ ਆਉਂਦੀ ਉਹਦੇ ਵਿੱਚ ਤੁਹਾਡਾ ਨਾਮ ਤਾਂ ਨਹੀਂ ਲਿੱਤਾ ਗਿਆ ਕਿ ਲਿੱਤਾ ਗਿਆ ਮੈਂ ਟਿੱਪਣੀ ਮੈਂ ਗਾਇਕਾਂ ਦੀ ਗੱਲ ਦੇ ਉੱਤੇ ਟਿੱਪਣੀ ਤਾਂ ਦੇਖੋ ਉਹ ਤਾਂ ਜਿਹੜੀ ਗੱਲ ਜਿਸ ਤਰ੍ਹਾਂ ਹੁਣ ਗੁਰਬਾਣੀ ਦੇ ਮੁਤਾਬਕ ਲੱਚਰਵਾਦ ਦੀ ਗੱਲ ਆਪਾਂ ਕਰਦੇ ਹਾਂ ਗਾਇਕਾਂ ਦਾ ਜਿਹੜਾ ਸ਼ਰਾਬ ਨੂੰ ਪ੍ਰਮੋਟ ਕਰਨ ਦੀ ਗੱਲ ਉਹੋ ਜਿਹੀ ਗੱਲ ਆਪਾਂ ਸਟੇਜ 'ਤੇ ਕਰਦੇ ਰਹਿੰਦੇ ਹਾਂ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਮੈਂ ਚੁੱਭਦਾ ਹੀ ਹਾਂ ਕਿਉਂਕਿ ਮੈਂ ਵੱਡੀ ਪੱਧਰ 'ਤੇ ਜਦੋਂ ਜਿਸ ਵੇਲੇ ਮੈਂ ਗੱਲ ਕਰਦਾ ਵੀ ਗਾਇਕਾਂ ਨੂੰ ਨਸ਼ੇ ਵਾਲੇ ਬਾਬਿਆਂ ਨੂੰ ਪ੍ਰਮੋਟ ਨਹੀਂ ਕਰਨਾ ਚਾਹੀਦਾ ਜਿਹੜੇ ਸ਼ਰਾਬਾਂ ਪੀ ਰਹੇ ਹੈ ਨਸ਼ਾ ਕਰਦੇ ਹੈ ਜੇ ਤੁਸੀਂ ਪਰਸਨਲ ਤੁਹਾਡੀ ਸ਼ਰਧਾ ਤੁਸੀਂ ਜਿੱਥੇ ਮਰਜ਼ੀ ਜਾਓ
ਜਦੋਂ ਤੁਸੀਂ ਇੱਕ ਮਾਡਲ ਹੋ ਤੁਹਾਨੂੰ ਲੋਕ ਪਸੰਦ ਕਰਦੇ ਨੇ ਤਾਂ ਤੁਸੀਂ ਜਦੋਂ ਇੱਦਾਂ ਦਾ ਕੁਛ ਕਰੋਗੇ ਤਾਂ ਤੁਹਾਡੇ ਨਾਲ ਲੋਕ ਨੌਜਵਾਨੀ ਜਿਹੜੀ ਅੱਜ ਦੀ ਗੁੰਮਰਾਹ ਹੋਏਗੀ। ਸ਼ਰਾਬਾਂ ਹੱਥ 'ਚ ਫੜ ਕੇ ਜਦੋਂ ਤੁਸੀਂ ਗੀਤ ਗਾਓਗੇ ਤਾਂ ਠੀਕ ਨਹੀਂ ਲੱਗਦਾ। ਬਾਣੀ ਦੇ ਮੁਤਾਬਕ ਵੀ ਜਦੋਂ ਮੇਰੇ ਮੋਹਨ ਸ਼ਰਵਣੀ ਇਹ ਨਾ ਸੁਣਾਏ, ਸਾਖਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਜਾਏ, ਇਹਦੇ ਨਾਲ ਥੋੜ੍ਹਾ ਜਿਹਾ ਸਾਡਾ ਜਿਹੜਾ ਨੌਜਵਾਨੀ ਤੁਹਾਨੂੰ ਸੁਣਦੀ ਹੈ ਉਹ ਚੰਗਾ ਨਹੀਂ ਲੱਗਦਾ, ਕਿਤੇ ਨਾ ਕਿਤੇ ਉਹਨਾਂ ਦਾ ਵੀ ਮੇਰੇ ਨਾਲ। ਰਣਜੀਤ ਸਿੰਘ ਜੀ, ਤੁਸੀਂ ਜਵਾਨ ਖੂਨ ਹੋ, ਇਸ ਕਰਕੇ ਜਲਦੀ ਗਰਮ ਹੋ ਜਾਂਦਾ, ਕਿਉਂਕਿ ਤੁਹਾਡਾ ਜ਼ਿਕਰ ਤਾਂ ਉਹਦੇ ਵਿੱਚ ਵੀ ਨਹੀਂ ਕੀਤਾ ਗਾ ਜਿਹੜੀ ਵੀਡੀਓ ਵਾਇਰਲ ਹੋਈ ਆ। ਨਹੀਂ, ਤੁਸੀਂ ਮੈਨੂੰ ਗਰਮ ਕਹਿ ਰਹੇ ਹੋ, ਚਰਨਜੀਤ ਸਿੰਘ ਜਿਹਨੇ 6 ਗੋਲੀਆਂ ਵੱਖੀ 'ਚ ਮਾਰਨ ਦੀ ਗੱਲ ਕੀਤੀ ਉਹ ਗਰਮ ਨੇ? ਠੀਕ ਹੈ, ਉਹ ਉਸ ਧਮਕੀ ਦੀ ਨਿੰਦਾ ਹੋਣੀ ਚਾਹੀਦੀ ਹੈ। ਬਿਲਕੁਲ ਸਹੀ, ਠੀਕ ਹੈ, ਹੋਣੀ ਚਾਹੀਦੀ। ਉਹ ਜਿਹੜੀ ਗੱਲ ਉਹਨਾਂ ਨੇ ਕਹੀ ਹੈ ਸਪਸ਼ਟ ਰੂਪ ਦੇ ਵਿੱਚ, ਉਹਨਾਂ ਨੇ ਕਿਹਾ ਕਿ ਜਿਹੜਾ ਬੰਦਾ ਕਹਿੰਦਾ ਸਾਡੀ ਪੱਗਾਂ ਲਾਈਆਂ ਗਈਆਂ, ਬੰਦੇ ਮਾਰਨ ਵਾਸਤੇ ਟਕਸਾਲ ਛਬੀਲ ਲਾਉਣ ਲਈ ਨਹੀਂ ਭੇਜਦੀ, ਉਹਨੇ ਵਿੱਚ ਬਕਾਇਦਾ ਇਸ ਗੱਲ ਦਾ ਜ਼ਿਕਰ। ਪ੍ਰਚਾਰਕ ਤਾਂ ਹੋਰ ਵੀ ਹੈਗੇ, ਫਿਰ ਤੁਸੀਂ ਆਪਦੇ ਆਪ 'ਤੇ ਕਿਉਂ? ਜਦੋਂ ਉਹਨਾਂ ਨੇ ਜ਼ਿਕਰ ਕੀਤਾ ਜੀ ਇਸ ਗੱਲ, ਉਹਨਾਂ ਨੇ ਜ਼ਿਕਰ ਨਹੀਂ ਕੀਤਾ ਉਸ ਵੀਡੀਓ ਦੇ ਵਿੱਚ, ਉਹਨਾਂ ਨੇ ਕਿਹਾ ਕਿ ਜਦੋਂ ਅਸੀਂ ਫਿਰ ਜ਼ਿੰਮੇਵਾਰੀ ਲੈਂਦੇ ਹਾਂ, ਅਸੀਂ ਜਦੋਂ ਬੰਦੇ ਭੇਜਦੇ ਹਾਂ ਅਸੀਂ ਭੇਜਦੇ ਨਹੀਂ, ਪਰ ਜੇ ਬੰਦੇ ਇੱਦਾਂ ਦਾ ਕੁਛ ਕਰਕੇ ਆਉਂਦੇ ਹੈ, ਕਿਸੇ ਦਾ ਕਤਲ ਕਰਕੇ ਆਉਂਦੇ, ਤਾਂ ਅਸੀਂ ਜ਼ਿੰਮੇਵਾਰੀ ਲੈਂਦੇ ਹਾਂ ਟਕਸਾਲ ਇਸ ਗੱਲ ਦੀ। ਉਹਨਾਂ ਨੇ ਕਲੀਅਰ ਇਸ ਗੱਲ, ਤੁਸੀਂ ਜਸੋਵਾਲ 'ਤੇ FIR ਕਰਾਈ? ਨਹੀਂ ਕਰਾਈ। ਵਜ੍ਹਾ? ਅਸੀਂ ਫਿਰ ਤੁਸੀਂ ਕਹਿਣਾ ਭਰਾਵਾਂ ਨੂੰ ਅੱਜ ਉਹਨੂੰ ਗ੍ਰਿਫਤਾਰ ਕਰ ਲੈਣਗੇ, ਫਿਰ ਮੈਨੂੰ ਪੱਤਰਕਾਰਾਂ ਨੇ ਆ ਕੇ ਪੁੱਛਣਾ ਜੀ ਤੁਸੀਂ ਭਰਾਵਾਂ ਨੂੰ ਗ੍ਰਿਫਤਾਰ ਕਰਾ ਰਹੇ ਹੋ ਜੀ, ਉਹਨਾਂ ਨੂੰ ਤੁਸੀਂ ਇੱਦਾਂ ਕਰ ਦਿੱਤਾ ਜੱਸੋਵਾਲ ਅੱਜ। ਇੱਕ ਪਾਸੇ ਤੁਸੀਂ ਕਹਿ ਰਹੇ ਹੋ ਮੈਨੂੰ ਜਾਨ ਦਾ ਖਤਰਾ, ਇੱਕ ਪਾਸੇ ਤੁਸੀਂ ਉਹਨਾਂ 'ਤੇ ਕੇਸ ਨਹੀਂ ਦਰਜ ਕਰਾਉਣਾ ਚਾਹੁੰਦੇ ਗੇ, ਇਹ ਦੋ ਚੀਜ਼ਾਂ ਸਮਝ ਨਹੀਂ ਆ ਰਹੀ। ਨਹੀਂ, ਫਿਰ ਇਹੀ ਗੱਲ ਤਾਂ ਅਸੀਂ ਸਮਝਣੀ ਹੈ ਜੀ, ਵੀ ਜੇ ਹੁਣ ਮੰਨ ਲਓ ਅੱਜ ਮੈਂ ਕੇਸ ਦਰਜ ਕਰਵਾਵਾਂ ਤਾਂ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਜੱਸੋਵਾਲ ਦੀ ਗ੍ਰਿਫਤਾਰੀ ਹੋਏਗੀ। ਫਿਰ ਵਿਵਾਦ ਵਧੇਗਾ ਕਿ ਘਟੇਗਾ? ਘਟੇਗਾ ਥੋੜ੍ਹਾ ਜੀ, ਵਧੇਗਾ। ਉਹਦੇ ਨਾਲ ਇਹ ਹੋਏਗਾ ਕਿ ਉਹਨਾਂ ਦੇ ਬੰਦੇ ਹੋਰ ਪਿੱਟ ਸਿਆਪਾ ਪਾਉਣਗੇ ਜੀ, ਵੇਖੋ ਜੀ ਸਾਡਾ ਬੰਦਾ ਸਰਕਾਰ ਨੇ ਇੱਦਾਂ ਕਰਤਾ। ਜਿਹੜੀ ਗੱਲ ਪ੍ਰੋਟੈਕਸ਼ਨ ਦੀ ਹੈ, ਜਿਹੜੀ ਮੈਂ ਇੱਕ ਵੀਡੀਓ ਜਾਰੀ ਕੀਤੀ ਹੈ ਸਿਰਫ, ਠੀਕ ਹੈ, ਉਹਨਾਂ ਦਾ ਰੌਲਾ ਪਿਆ, ਮੈਂ ਉਹਨਾਂ 'ਤੇ ਅਸੀਂ ਕੋਈ ਕੇਸ ਨਹੀਂ ਦਰਜ ਕੀਤਾ, ਕਿਤੇ ਪਰਚਾ ਨਹੀਂ ਕਰਾਇਆ, ਅਸੀਂ ਸਿਰਫ ਜਾ ਕੇ ਇੱਕ ਮੈਂ ਆਪਣੀ ਵੀਡੀਓ ਜਾਰੀ ਕੀਤੀ ਵੀ ਧਾਰਮਿਕ ਗੁੰਡਾਗਰਦੀ ਕਦੋਂ ਬੰਦ ਹੋਏਗੀ। 2 ਸਾਲ ਪਹਿਲਾਂ ਬੰਦਾ ਮਾਰਿਆ ਗਿਆ, ਅੱਜ ਤੱਕ ਯਾਰ ਗਿਲਤੀ ਫੀਲ ਕਰਨ ਦੀ ਬਜਾਏ ਅਸੀਂ ਧਮਕੀਆਂ ਦੇ ਰਹੇ ਹਾਂ, ਇਹ ਧਾਰਮਿਕ ਗੁੰਡਾਗਰਦੀ ਕਦੋਂ ਬੰਦ ਹੋਏਗੀ? ਬਸ ਇੰਨੀ ਗੱਲ ਮੈਂ ਆਪਣੀ ਕੀਤੀ। ਉਹ ਕਰਨ ਤੋਂ ਬਾਅਦ ਜੇ ਉਹ ਥੋੜ੍ਹਾ ਜਿਹਾ ਮੀਡੀਏ ਵਿੱਚ ਵੀ ਉਸ ਚੀਜ਼ ਦੀ ਅਖਬਾਰਾਂ ਨੇ ਉਹਨੂੰ ਲਿਆ ਵੀ ਇਹ ਠੀਕ ਨਹੀਂ ਹੋ ਰਿਹਾ, ਮੈਂ ਕਿਤੇ ਨਹੀਂ ਕਿਹਾ ਕਿ ਮੈਨੂੰ ਪ੍ਰੋਟੈਕਸ਼ਨ ਦਿਓ ਜਾਂ ਇੱਦਾਂ ਕਰੋ, ਮੈਂ ਆਪਣੀ ਗੱਲ ਕਹਿਤੀ ਇਹ ਧਾਰਮਿਕ ਗੁੰਡਾਗਰਦੀ ਬੰਦ ਹੋਣੀ ਚਾਹੀਦੀ ਹੈ, ਵੀ ਇੱਦਾਂ ਧਮਕੀਆਂ ਦਿੱਤੀਆਂ ਜਾ ਰਹੀਆਂ। ਉਸ ਤੋਂ ਬਾਅਦ ਪੰਜਾਬ ਸਰਕਾਰ ਨੇ ਜਾਂ ਕਿਸ ਤਰ੍ਹਾਂ ਉਹਨਾਂ ਨੇ ਇਹਨੂੰ ਲੱਗਿਆ, ਉਹਨਾਂ ਨੂੰ ਲੱਗਿਆ ਵੀ ਪ੍ਰੋਟੈਕਸ਼ਨ ਦੇਣੀ ਚਾਹੀਦੀ ਹੈ। ਸਰਕਾਰ ਜ਼ਿਆਦਾ ਪਿਆਰ ਤਾਂ ਨਹੀਂ ਕਰਦੀ? ਨਹੀਂ, ਤੁਹਾਨੂੰ ਲੱਗਦਾ ਹੈ? ਹੁਣ ਮੈਂ ਤਾਂ ਕਦੇ ਨਹੀਂ ਇਹ ਸੋਚ ਸਕਦਾ ਵੀ ਮੈਨੂੰ ਸਰਕਾਰ ਪਿਆਰ ਕਰਦੀ ਹੈ, ਮੇਰਾ ਮੰਨਣਾ ਤੁਸੀਂ ਕਰਦੇ ਹੋ ਸਰਕਾਰ? ਨਹੀਂ, ਦੇਖੋ ਜਿਸ ਦਿਨ ਮੈਂ ਗਲਤ ਕਰਾਂਗਾ ਸਰਕਾਰ ਇੱਦੂ ਵੀ ਭੈੜੀ ਚੇਤਾਵਨੀ ਮੈਨੂੰ ਦੇ ਦੇ, ਜਿਸ ਦਿਨ ਅਸੀਂ ਕਿਸੇ 'ਤੇ ਧੱਕਾ ਕਰਾਂਗੇ ਉਹਨਾਂ ਨੂੰ ਪ੍ਰੋਟੈਕਸ਼ਨ ਦਿੰਦੇ ਵੀ ਨੇ, ਜੇ ਕੋਈ ਇਹਨਾਂ ਦਾ ਸਮਾਗਮ ਹੁੰਦੇ ਨੇ ਤਾਂ ਉੱਥੇ ਵੀ ਹੁੰਦਾ ਹੀ ਹੈ ਸਾਰਾ ਕੁਛ ਜੀ। ਤੁਹਾਨੂੰ ਪ੍ਰੋਟੈਕਸ਼ਨ ਤੁਸੀਂ ਮੰਗੀ ਨਹੀਂ, ਆਪਣੇ ਆਪ ਦਿੱਤੀ ਸਰਕਾਰ? ਹਾਂ, ਨਹੀਂ, ਉਹਨਾਂ ਨੂੰ ਠੀਕ ਲੱਗਦਾ ਤਾਂ ਉਹਨਾਂ ਨੇ ਦਿੱਤਾ। ਪ੍ਰਚਾਰਕ ਦੇ ਮੂੰਹੋਂ ਕੋਈ ਸ਼ਬਦ ਨਿਕਲਦੇ ਹੈਗੇ, ਉਹ ਹਮੇਸ਼ਾ ਕਹਿੰਦਾ ਵੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ 'ਚ ਅਸੀਂ ਬੈਠੇ ਹਾਂ, ਸਾਡੋ ਇਹ ਸਾਡਾ ਇਹੀ ਸੁਰੱਖਿਆ ਕਵਚ ਹੈ। ਅਤੇ ਫਿਰ ਤੁਹਾਡੇ ਵਰਗੇ ਪ੍ਰਚਾਰਕਾਂ ਨੂੰ ਇਹ ਸੁਰੱਖਿਆ ਕਵਚ ਦੀ ਜ਼ਰੂਰਤ ਪੈਂਦੀ ਹੈ ਤਾਂ ਫਿਰ ਸਾਡੇ ਪੂਰੇ ਸਮਾਜ ਦੇ ਸਿਸਟਮ 'ਤੇ ਸਵਾਲ ਉੱਠਦੇ ਆ। ਨਹੀਂ, ਤੁਸੀਂ ਅੱਜ ਮੈਂ ਤੁਹਾਡੀ ਗੱਲ ਮੰਨ ਲੈਂਦਾ ਵੀ ਸੁਰੱਖਿਆ ਕਵਚ ਦੀ ਲੋੜ ਨਹੀਂ, ਇਹਦੀ ਗਰੰਟੀ ਕੌਣ? ਮੈਂ ਇਹ ਨਹੀਂ ਕਹਿ ਰਿਹਾ ਲੋੜ ਨਹੀਂ, ਮੈਂ ਇਹ ਕਹਿ ਰਿਹਾ ਕਿ ਸੁਰੱਖਿਆ ਕਵਚ ਦੀ ਜ਼ਰੂਰਤ ਕਿਉਂ ਪੈ ਰਹੀ? ਸੁਣੋ, ਕੈਂਸਰ ਦੀ ਬਿਮਾਰੀ ਆ ਗਈ ਬੋਡੀ ਦੇ ਉੱਤੇ, ਆ ਗਈ ਸਰੀਰ ਦੇ ਉੱਤੇ ਕੈਂਸਰ ਦੀ ਬਿਮਾਰੀ ਆ ਗਈ ਤਾਂ ਅਸੀਂ ਕੀ ਕਰਦੇ ਹਾਂ? ਅਸੀਂ ਪ੍ਰੋਟੈਕਟ ਕਰਨ ਵਾਸਤੇ ਬੋਡੀ ਨੂੰ ਦਵਾਈ ਲੈਂਦੇ ਹਾਂ। ਅਸੀਂ ਦਵਾਈ ਕਾਹਦੇ ਲਈ ਲੈਂਦੇ ਹਾਂ? ਇੱਕ ਢਾਲ ਬਣੇ ਮੇਰੇ ਸਰੀਰ ਲਈ, ਤਾਂ ਜੋ ਮੇਰੇ ਨੇੜੇ ਬਿਮਾਰੀ ਨਾ ਆ ਸਕੇ। ਹੁਣ ਇਹ ਕੀ ਹੈ? ਨਾ ਲਓ ਜੀ, ਜੋ ਕਰ ਰਹੇ ਹਾਂ। ਦਵਾਈ ਘਟੂਗੀ ਕਿ ਵਧੂਗੀ? ਹਾਂਜੀ, ਦਵਾਈ ਘਟੂਗੀ ਕਿ ਵਧੂਗੀ? ਜਦੋਂ ਕਹਿੰਦੇ ਦਵਾਈ ਲੈਣੀ ਸ਼ੁਰੂ ਕਰ ਦਿੰਦੇ, ਆਪਾਂ ਥੋੜ੍ਹਾ ਥੋੜ੍ਹਾ ਟ੍ਰੀਟਮੈਂਟ ਹੋਣਾ ਸ਼ੁਰੂ ਕਰ ਦਿੰਦਾ, ਬੰਦਾ ਤੰਦਰੁਸਤ ਜਿਹਾ ਮਹਿਸੂਸ ਕਰਦਾ, ਤੁਸੀਂ ਥੋੜ੍ਹਾ ਜਿਹਾ ਮਹਿਸੂਸ ਕਰਨ ਲੱਗੇ। ਬਿਮਾਰੀ ਹਟ ਜਾਏਗੀ ਜੀ, ਕਾਹਦੇ ਲਈ ਫਿਰ ਦਵਾਈ ਦੀ ਕੀ ਲੋੜ ਹੈ? ਜੇ ਬਿਮਾਰੀ ਪਿੱਛੇ ਹਟੇ, ਦੂਰ ਕਿਵੇਂ ਹੋਊਗੀ? ਕੈਂਸਰ ਪਿੱਛੇ ਹਟ ਜਾਏ, ਕੈਂਸਰ ਪਿੱਛੇ ਹਟ ਜਾਏ, ਖਤਮ ਕਿਵੇਂ ਹੋਊਗੀ ਬਿਮਾਰੀ? ਇੱਕ ਪਾਸੇ ਤੁਸੀਂ ਕਹਿੰਦੇ ਹੋ ਸ਼੍ਰੀ ਅਕਾਲ ਤਖਤ ਸਾਹਿਬ ਜਥੇਦਾਰ ਉਹਨਾਂ ਦੀ ਸਾਈਡ ਲੈ ਰਹੇ ਆ, ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਮੈਂ ਉਹਨਾਂ 'ਤੇ ਕੇਸ ਨਹੀਂ ਦਰਜ ਕਰਾਉਣਾ ਚਾਹੁੰਦਾ, ਮੈਂ ਚਾਹੁੰਦਾ ਕਿ ਇਸ ਵਿਵਾਦ ਦਾ ਅੰਤ ਹੋਵੇ। ਫਿਰ ਅੰਤ ਕਰਾਊਗਾ ਕੌਣ? ਨਹੀਂ, ਅੰਤ ਕਰਨ ਵਾਲੇ ਜਿਸ ਦਿਨ ਜ਼ਬਰ ਕਰਨ ਨੂੰ ਛੱਡ ਦੇਣਗੇ, ਗੁੰਡਾਗਰਦੀ ਜਿਸ ਦਿਨ ਇਹ ਮੈਂਟੈਲਿਟੀ ਚੇਂਜ ਹੋ ਜਾਏਗੀ। ਦੇਖੋ, ਔਰਤਾਂ ਦੇ ਲੋਕ ਕੁੱਟਦੇ ਸੀ, ਮਾਰਦੇ ਸੀ, ਸਾਪਾਂ ਵੇਖਦੇ ਰਹੇ ਨੇ ਕਿੱਦਾਂ ਕੁੱਟਦੇ ਸੀ, ਔਰਤਾਂ ਕੁੱਟ ਖਾਂਦੀਆਂ ਸੀ, ਅੱਜ ਖਾਂਦੀਆਂ? ਅੱਜ ਔਰਤ ਨੂੰ ਉੱਦਾਂ ਕੁੱਟਿਆ ਜਾ ਸਕਦਾ ਹੈ? ਉਹਦਾ ਘਰ ਵਾਲਾ ਜਿਵੇਂ ਪਹਿਲਾਂ ਹੁੰਦਾ ਸੀ, ਜ਼ਮਾਨਾ ਬਦਲ ਗਿਆ ਨਾ, ਹਰ ਪੂਰਾ ਤਾਂ ਠੀਕ ਨਹੀਂ ਹੋਇਆ, ਚਲੋ ਕਾਫੀ ਚੇਂਜ, ਕੁਛ ਬਦਲ, 80% ਜਿਹੜਾ ਆ ਕਿ ਸ਼ਰੇਆਮ ਅੱਜ
ਪਤੀਆਂ ਵੱਲੋਂ ਗੁੰਡਾਗਰਦੀ ਨਹੀਂ ਕੀਤੀ ਜਾ ਰਹੀ, ਠੀਕ ਹੈ ਨਾ ਜੀ। ਇਸੇ ਤਰ੍ਹਾਂ ਸਾਨੂੰ ਧਾਰਮਿਕ ਜਿਹੜੇ ਬੰਦੇ ਆ ਇਹਨਾਂ ਨੂੰ ਸਮਝਣਾ ਪੈਣਾ ਆ ਕਿ ਹੁਣ ਗੁੰਡਾਗਰਦੀ ਦਾ ਸਮਾਂ ਨਹੀਂ ਰਿਹਾ। ਜਿਸ ਦਿਨ ਇਹ ਸਮਝ ਜਾਣਗੇ ਉਸ ਦਿਨ ਕਿਸੇ ਨੂੰ ਪ੍ਰੋਟੈਕਸ਼ਨ ਦੀ। ਮੈਨੂੰ ਇੱਕ ਗੱਲ ਦੱਸੋ ਤੁਸੀਂ, ਰਣਜੀਤ ਸਿੰਘ ਜੀ ਨੂੰ ਕੀ ਲੱਗਦਾ, ਹੁਣ ਤੁਸੀਂ ਕਹਿ ਰਹੇ ਹੋ ਪੰਥ ਦੇ ਵਿੱਚ ਇਹ ਚੀਜ਼ਾਂ ਪੈਦਾ ਹੋ ਗਈਆਂ, ਸ਼੍ਰੀ ਅਕਾਲ ਤਖਤ ਸਾਹਿਬ ਜਥੇਦਾਰ ਤੁਸੀਂ ਪਹਿਲਾਂ ਹੀ ਬਹੁਤ ਵਾਰ ਕਹਿ ਚੁੱਕੇ ਹੋ ਵੀ ਤੁਹਾਡੇ ਨਾਲ ਜਿਹੜਾ ਜਿਹੋ ਜਿਹਾ ਵਰਤਾਰਾ ਹੋਣਾ ਚਾਹੀਦਾ ਉਹੋ ਜਿਹਾ ਨਹੀਂ ਹੋ ਰਿਹਾ, ਫਿਰ ਸਰਕਾਰ ਤੁਹਾਡਾ ਸਮਝੌਤਾ ਕਰਾਊਗੀ? ਨਹੀਂ, ਕਦੇ ਵੀ ਨਹੀਂ, ਇੱਦਾਂ ਹੋਣਾ ਹੀ ਫਿਰ ਪੰਥ ਚੋਂ ਕੌਣ ਕਰਾਊਗਾ? ਨਹੀਂ ਵੇਖੋ, ਕਿਉਂਕਿ ਜੇ ਪੰਥ, ਤੁਸੀਂ ਕਹਿੰਦੇ ਪੰਥ ਵਿੱਚ ਹੀ ਸਾਰੀ ਚੀਜ਼ਾਂ ਸਮਾਪਤ ਹੋ ਜਾਣੀ ਚਾਹੀਦੀ। ਦੇਖੋ ਜੀ, ਪਤੀ ਕਿਵੇਂ ਸਮਝ ਗਏ ਹੈ, ਪਤੀਆਂ ਦੇ ਅੱਗੇ ਖੜਨ ਵਾਲੀਆਂ ਆ ਗਈਆਂ, ਹੁਣ ਪਤੀ ਸਮਝ ਗਏ ਹੈ। ਮਾਸਟਰ ਬੱਚਿਆਂ ਨੂੰ ਉਸ ਤਰ੍ਹਾਂ ਕਿਉਂ ਨਹੀਂ ਕੁੱਟਦੇ ਜਿਵੇਂ ਪਹਿਲਾਂ ਕੁੱਟਦੇ ਹੁੰਦੇ ਸੀ? ਚੇਂਜ ਹੋ ਗਿਆ, ਮੈਂਟੈਲਿਟੀ ਬਦਲ ਗਈ। ਫਿਰ ਰਣਜੀਤ ਸਿੰਘ ਹੋਰਾਂ ਦੇ ਨਾਲ ਹੋਰ ਕਿਹੜੇ ਪ੍ਰਚਾਰਕ ਖੜੇ? ਮੈਂ ਇਕੱਲਾ ਖੜਾ ਹਾਂ। ਇਕੱਲੇ ਕਿਉਂ ਤੁਸੀਂ? ਮੈਂ ਖੜਾ ਹਾਂ ਬਸ, ਮੈਂ ਕਿਸੇ ਨੂੰ ਨਹੀਂ ਕਹਿ ਰਿਹਾ ਕਿ ਮੇਰੇ ਨਾਲ ਆਓ, ਜਿਹੜੇ ਮੇਰੇ ਨਾਲ ਖੜਨਾ ਚਾਹੁੰਦੇ ਨੇ ਉਹਨਾਂ ਨੂੰ ਜੀ ਆਇਆਂ ਨੂੰ ਖੜਨਾ ਆ ਕੇ। ਪਰ ਮੈਂ ਅੱਜ ਦੀ ਘੜੀ ਦੇ ਵਿੱਚ, ਮੈਨੂੰ ਇਹ ਹੈ ਕਿ ਮੈਂ ਇਸ ਗੁੰਡਾਗਰਦੀ ਦੇ ਅੱਜ ਹੋ ਕੀ ਰਿਹਾ ਜੀ, ਇੱਕ ਧਿਰ ਆਪਣੇ ਆਪ ਨੂੰ ਪੰਥ ਦੀ ਠੇਕੇਦਾਰ ਸਮਝਦੀ ਹੈ, ਉਹਨਾਂ ਨੂੰ ਇਹ ਲੱਗਦਾ ਕਿ ਸਾਰਾ ਪੰਥ ਸਾਡਾ, ਜਥੇਦਾਰ ਸਾਡੇ ਨੇ, ਜੋ ਕਹਿਣਾ ਉਵੇਂ ਹੋਣਾ। ਅੱਛਾ ਜੀ, ਉਹ ਹੁਣ ਉਹਨਾਂ ਨੂੰ ਇਹ ਚੁੱਭ ਰਿਹਾ ਕਿ ਬੰਦਾ ਖੜ੍ਹਾ ਹੈ ਆਪਣੀ ਗੱਲ 'ਤੇ, ਅਤੇ ਮੈਂ ਉਹਨਾਂ ਚਿਰ ਖੜ੍ਹਾ ਹੀ ਰਹਿਣਾ ਚਾਹੁੰਦਾ ਜਿੰਨਾ ਚਿਰ ਗੁੰਡਾਗਰਦੀ ਕਰਨੀ ਛੱਡਦੇ। ਰਣਜੀਤ ਸਿੰਘ ਜੀ, ਤੁਸੀਂ ਇੱਕ ਗੱਲ ਕਹਿੰਦੇ ਹੋ ਕਿ ਬਹੁਤੇ ਪ੍ਰਚਾਰਕ ਆ ਜਿਹੜੇ ਤੁਹਾਡੇ ਨਾਲ ਸ਼ਾਮਿਲ ਹੈ, ਅਸੀਂ ਮਿਸ਼ਨਰੀ ਦੀ ਗੱਲ ਕਰੀਏ ਜਾਂ ਹੋਰ ਪੰਥਪ੍ਰੀਤ ਹੋਰਾਂ ਦੀ ਗੱਲ ਕਰੀਏ ਜਾਂ ਅਮਰੀਕ ਸਿੰਘ ਹੋਰਾਂ, ਜਿਹਨਾਂ ਦੀ ਵੀ ਤੁਸੀਂ ਗੱਲ ਕਰਨਾ ਚਾਹੁੰਦੇ ਹੋ, ਉਹ ਜੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਦੇ ਮੁਤਾਬਕ ਪ੍ਰਚਾਰ ਕਰ ਰਹੇ ਹੈਗੇ, ਫਿਰ ਤਾਂ ਉਹਨਾਂ ਨੂੰ ਤੁਹਾਡੇ ਨਾਲ ਖੜਨਾ ਚਾਹੀਦਾ। ਹਾਂ ਬਿਲਕੁਲ ਜੀ, ਵੈਸੇ ਉੱਦਾਂ ਇੱਕ ਦੂਸਰੇ ਦੀ ਜਿਸ ਤਰ੍ਹਾਂ ਕੋਈ ਪ੍ਰੋਬਲਮ ਆਉਂਦੀ ਹੈ ਕਿਸੇ ਦੀ ਤਾਂ ਸਾਰੇ ਸਪੋਰਟ ਕਰਦੇ, ਅਮਰੀਕ ਸਿੰਘ ਹੋਣਾ ਦੀ ਪੱਗ ਲਾਈ ਹੈ ਤਾਂ ਮੈਂ ਵੀ ਉਹਦੇ ਬਾਰੇ ਗੱਲ ਕੀਤੀ ਹੈ, ਜਿਵੇਂ ਹੁਣ ਇਹਨਾਂ ਨੇ ਕੀਤਾ ਤਾਂ ਹੋਰ ਵੀ ਪ੍ਰਚਾਰਕ ਇਹਦੇ ਬਾਰੇ ਕਰ ਰਹੇ ਆ, ਇੰਨਾ ਹੀ ਕਰ ਸਕਦੇ ਆ ਹੋਰ। ਪਰ 2016 ਤੋਂ ਬਾਅਦ ਜਿਵੇਂ ਲੱਗਦਾ ਸੀ ਕਿ ਪ੍ਰਚਾਰਕ ਇਕੱਠੇ ਹੋਣਗੇ, ਉਵੇਂ ਮਹਿਸੂਸ ਨਹੀਂ ਹੋ ਰਿਹਾ ਕਿ ਤੁਹਾਨੂੰ ਮਹਿਸੂਸ ਹੋ ਰਿਹਾ ਵੀ ਤੁਹਾਡੇ ਨਾਲ ਕੋਈ ਪਿੱਛੇ ਖੜਾ ਹੈਗਾ ਜਿਹੜਾ ਦਿਸਦਾ ਨਹੀਂ ਪਿਆ ਸਾਨੂੰ? ਹਾਂ ਨਹੀਂ, ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਪ੍ਰਚਾਰਕਾਂ ਦੇ ਵਿੱਚ ਵੀ, ਸਾਡੇ ਵਿੱਚ ਵੀ ਸਵਾਰਥ ਨੇ ਕਹਿ ਲਓ, ਜਾਂ ਅਸੀਂ ਆਪੋ ਆਪਣੀ ਰਫਰੀ ਵਜਾ ਰਹੇ ਹਾਂ ਸਾਰੇ, ਸਾਡੀਆਂ ਵੀ ਨਲੈਕੀਆਂ ਹੋ ਸਕਦੀਆਂ। ਚਾਹੀਦਾ ਹੈ ਕਿ ਸਾਨੂੰ ਪ੍ਰਚਾਰਕਾਂ ਨੂੰ ਇਕੱਠੇ ਹੋਣਾ ਚਾਹੀਦਾ। ਵਜ੍ਹਾ ਕੀ ਹੈ, ਨਲੈਕੀ ਕਿਉਂ? ਕਿਉਂਕਿ ਜੇ ਅਸੀਂ ਧਰਮ ਦੀ ਗੱਲ ਕਰਦੇ ਹਾਂ, ਫਿਰ ਅਸੀਂ ਹਲੀਮੀ ਦੀ ਗੱਲ ਕਰਦੇ ਹਾਂ, ਹੌਂਸਲੇ ਦੀ ਗੱਲ ਕਰਦੇ ਹਾਂ, ਸਾਂਝੀਵਾਲਤਾ ਦੀ ਗੱਲ ਕਰਦੇ ਹਾਂ, ਅਤੇ ਉਸ ਮੌਕੇ ਜਦੋਂ ਤੁਸੀਂ ਕਹਿੰਦੇ ਹੋ ਮੈਂ ਪੀੜਤ ਹਾਂ, ਪਰ ਤੁਹਾਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾ ਰਿਹਾ, ਜਦੋਂ ਪੀੜਤ ਦੇ ਹੱਕ ਵਿੱਚ ਹਾਂ ਦਾ ਨਾਰਾ ਨਹੀਂ ਕੋਈ ਮਾਰਨ ਨੂੰ ਤਿਆਰ, ਤਾਂ ਫਿਰ ਕਿਵੇਂ ਲੱਗਦਾ ਵੀ ਸਮੱਸਿਆ? ਉਹ ਹੁਣ ਤੁਸੀਂ ਤੁਸੀਂ ਵੇਖੋ ਜੀ, ਪੱਤਰਕਾਰ ਹੋ ਤੁਸੀਂ, ਤੁਸੀਂ ਜਿਸ ਤਰ੍ਹਾਂ ਤੁਸੀਂ ਤਿੱਖੇ ਬੋਲ ਸਕਦੇ ਹੋ ਸਕਦਾ, ਤੁਸੀਂ ਜਿੱਦਾਂ ਖੜ ਸਕਦੇ ਹੋ ਕਿਸੇ ਮੁੱਦੇ 'ਤੇ ਲੈ ਕੇ, ਜਿੱਦਾਂ ਕਿਸੇ ਮੰਤਰੀ ਦੀ ਅੱਖ ਚੱਖ ਪਾ ਕੇ ਗੱਲ ਕਰ ਸਕਦੇ ਹੋ, ਤਾਂ ਜ਼ਰੂਰੀ ਨਹੀਂ ਕਿ ਤੁਹਾਡਾ ਸਾਰਾ ਪੱਤਰਕਾਰਾ ਭਾਈਚਾਰਾ ਤੁਹਾਡਾ ਤੁਹਾਡੇ ਵਾਂਗੂ ਗੱਲ ਕਰ ਸਕੇ। ਇਹਦਾ ਰਣਜੀਤ ਸਿੰਘ ਇਕੱਲੇ ਆ, ਇਕੱਲੇ ਗੱਲ ਕਰਨ ਵਾਲੇ, ਹੋਰ ਕੋਈ ਗੱਲ ਨਹੀਂ ਕਰਨ ਵਾਲਾ? ਨਹੀਂ, ਹੈਗੇ ਹੈ, ਹੈਗੇ ਹੈ, ਪਰ ਉਹ ਹੋ ਸਕਦਾ ਕੋਈ ਉਹਨਾਂ ਦੀ ਮਜਬੂਰੀ ਹੋਵੇ ਜਾਂ ਕੋਈ ਕਾਰਨ ਹੋਵੇ ਕਿ ਉਹ ਨਾ ਮੇਰੇ ਨਾਲ ਬੈਠਣਾ ਚਾਹੁੰਦੇ ਹੋਣ, ਪਰ ਐਸੀ ਗੱਲ ਨਹੀਂ ਹੈਗੀ ਕਿ ਕੋਈ ਬੰਦਾ ਉਹ ਆਪਣੇ ਆਪਣੇ ਤਰੀਕੇ ਨਾਲ। ਫਿਰ ਇਹਦਾ ਮਤਲਬ ਨਿੱਜੀ ਲੜਾਈ ਹੋ ਗਈ ਹੈ? ਨਿੱਜੀ ਕਿਸ ਤਰ੍ਹਾਂ? ਜੇ ਨਾਲ ਨਹੀਂ ਖੜ ਰਹੇ, ਕਿਉਂਕਿ ਜਦੋਂ ਇਹ ਸਾਰਾ ਵਿਵਾਦ ਖੜਾ ਹੁੰਦਾ, ਜਿਹੜਾ ਸਾਡਾ ਨੌਜਵਾਨ ਹੈਗਾ ਉਹ ਸਾਰਾ ਤੁਹਾਡੇ ਵੱਲ ਦੇਖਦਾ ਪਿਆ ਹੈਗਾ, ਹੋਰ ਬੜੀਆਂ ਸਮੱਸਿਆਵਾਂ ਹੈਗੀਆਂ ਸਾਡੇ ਸਮਾਜ ਦੇ ਵਿੱਚ ਜਿਨ੍ਹਾਂ ਬਾਰੇ ਗੱਲ ਕਰਨੀ ਚਾਹੀਦੀ ਹੈ। ਇਹ ਵੀ ਮੰਨਿਆ ਜਾ ਰਿਹਾ ਕਿ ਤੁਹਾਡੇ ਇੰਨੇ ਫੋਲੋਅਰ ਹੈ, ਜਿਹੜੀਆਂ ਲਹਿਰਾਂ ਸ਼ੁਰੂ ਹੋ ਰਹੀਆਂ, ਚਾਹੇ ਇੱਕ ਪਿੰਡ ਕੋਈ ਗੁਰਦੁਆਰਾ, ਚਾਹੇ ਨਸ਼ਿਆਂ ਦੇ ਖਿਲਾਫ, ਉਸ ਲਹਿਰਾਂ ਦੇ ਨਾਲ ਜੇ ਰਣਜੀਤ ਸਿੰਘ ਚੋਣ ਤਾਂ ਤੁਹਾਡੇ ਸਾਰੇ ਫੋਲੋਅਰ ਰਲ ਕੇ ਅਤੇ ਉਸ ਸਮਾਜ ਦੇ ਵਿੱਚ ਬਹੁਤ ਵੱਡਾ ਸੁਧਾਰ ਕਰ ਸਕਦੇ ਆ। ਨਹੀਂ ਬਿਲਕੁਲ ਕਰ ਹੀ ਰਹੇ ਹਾਂ ਜੀ, ਜਿਹੜੀ ਗੱਲ ਮੈਂ ਉਹਨਾਂ ਦੀ ਮੈਂਟੈਲਿਟੀ ਜਿਸ ਤਰ੍ਹਾਂ ਦੀ ਬਣਾਉਣੀ ਚਾਹੁੰਦਾ, ਮੈਂ ਸਮਝਾਉਣਾ ਚਾਹੁੰਦਾ, ਆਪਣੀ ਗੱਲ ਮੈਂ ਕਰ ਰਿਹਾ ਉਹਦੇ ਵਾਸਤੇ, ਚਾਹੇ ਉਹ ਪਾਣੀ ਸ਼ੁੱਧ ਕਰੋ, ਦਰਖਤ ਲਾਓ, ਆਹ ਕਰੋ, ਉਹ ਅਸੀਂ ਆਪਣਾ ਆਪਣਾ ਕੰਮ ਮੈਂ ਪੂਰੀ ਤਰ੍ਹਾਂ ਕਰ ਰਿਹਾ। ਸਮਾਜ ਨੂੰ ਕਿਸ ਤਰ੍ਹਾਂ ਸੁਧਾਰਿਆ ਜਾਵੇ, ਰਾਜਨੀਤੀ ਕਿਸ ਤਰ੍ਹਾਂ ਦੀ ਹੋਵੇ, ਉਸ ਮੁੱਦਿਆਂ ਨੂੰ ਮੈਂ ਪਬਲਿਕ ਦੇ ਵਿੱਚ ਲੈ ਕੇ ਆ ਰਿਹਾ। ਪਰ ਹੁਣ ਇਹ ਹੁਣ ਇਸ ਤਰ੍ਹਾਂ ਦੀ ਗੱਲ, ਹੁਣ ਤੁਸੀਂ ਕੋਈ ਸਖਤੀ ਨਾਲ ਗੱਲ ਕਰਦੇ ਹੋ, ਤੁਹਾਨੂੰ ਕੋਈ ਧਮਕੀ ਦੇਵੇਗਾ, ਤਾਂ ਜਿਹੜੇ ਤੁਹਾਡੇ ਫੋਲੋਅਰਸ ਨੇ ਜਾਂ ਜਿਹੜੇ ਲੋਕ ਤੁਹਾਨੂੰ ਸੁਣਦੇ ਨੇ, ਉਹ ਕਹਿਣਗੇ ਕਿ ਇਹਨਾਂ ਨੂੰ ਅੱਜ ਧਮਕੀ ਆਈ ਹੈ, ਸਾਰਿਆਂ ਦਾ ਧਿਆਨ ਤੁਹਾਡੇ 'ਚ ਜਾਣਾ, ਇੱਕ ਤਾਂ ਤੁਹਾਡੇ 'ਚ ਜਾਣਾ, ਇੱਕ ਜਿਹਨੇ ਤੁਹਾਨੂੰ ਧਮਕੀ ਦਿੱਤੀ ਹੈ ਉਹਦੇ 'ਚ ਜਾਣਾ। ਹੁਣ ਆਪਾਂ ਇੱਥੇ ਬਹਿ ਕੇ ਇਹ ਡਿਸਕਸ਼ਨ ਕਰਾਂਗੇ ਵੀ ਜਿਹੜੀ ਜਿੰਨਾ ਯੂਥ ਹੈ, ਜਿੰਨਾ ਤੁਹਾਨੂੰ ਸੁਣਦਾ, ਜਿਹੜੇ ਤੁਹਾਨੂੰ ਫੈਨ ਨੇ ਤੁਹਾਡੇ, ਤਾਂ ਉਹ ਜਿਹੜੇ ਨੇ ਉਹ ਇਸ ਮੁੱਦੇ 'ਤੇ ਚਲੇ ਗਏ। ਉਹ ਤਾਂ ਕੁਦਰਤੀ ਗੱਲ ਹੈ ਕਿ ਸਮਾਜ ਵਿੱਚ ਕਿਸੇ ਬੰਦੇ ਨੂੰ ਕੋਈ ਕਤਲ ਹੋਏਗਾ, ਕਿਸੇ ਨੂੰ ਧਮਕੀ ਮਿਲੇਗੀ, ਤਾਂ ਲੋਕਾਂ ਦਾ ਧਿਆਨ ਧਮਕੀ ਦੇਣ ਵਾਲੇ ਵੱਲ ਵੀ ਜਾਣਾ ਹੈ, ਔਰ ਜਿਹੜੇ ਨਾਲ ਜਿਹਨੂੰ ਧਮਕੀ ਮਿਲੀ ਹੈ ਉਹਦੇ ਵੱਲ ਵੀ ਜਾਣਾ। ਇਸੇ ਤਰ੍ਹਾਂ ਹੁਣ ਜਦੋਂ ਵੀ ਕੋਈ ਮਸਲਾ ਮੇਰੇ 'ਤੇ, ਲੋਕ ਜਿਹਨੂੰ ਸੁਣਦੇ ਹੈ, ਜਿਸ ਨੂੰ ਜਿਹਦੀ ਗੱਲ ਲੋਕਾਂ 'ਚ ਹੈਗੀ ਹੈ,
ਧਮਕੀਆਂ ਬੜੇ ਬੰਦਿਆਂ ਨੂੰ ਹੋਰ ਵੀ ਮਿਲਦੀਆਂ ਹੋਣਗੀਆਂ, ਤੇਰਾ ਗੱਲ ਲਾ ਦੇਣਾ, ਕਿੰਨੇ ਕਮੈਂਟ ਇੱਕ ਦੂਜੇ ਨੂੰ ਕਰਦੇ ਆ, ਸ਼ਾਇਦ ਉਹ ਨਹੀਂ ਹੁੰਦਾ। ਜਦੋਂ ਮੈਨੂੰ ਧਮਕੀ ਮਿਲੇਗੀ ਜਾਂ ਕੋਈ ਧਮਕੀ ਦੇਵੇਗਾ ਤਾਂ ਉਹ ਮਸਲਾ ਛਿੜਨਾ ਲਾਜ਼ਮੀ ਹੈ। 6 ਮਹੀਨੇ ਸਾਲ ਬਾਅਦ ਫਿਰ ਕੁਛ ਨਾ ਕੁਛ ਐਸਾ ਹੁੰਦਾ, ਧਮਕੀਆਂ ਦੇਣ ਵਾਲੇ ਬੰਦ ਹੋ ਜਾਣਗੇ ਤਾਂ ਆਪਣੇ ਧਿਆਨ ਜਾਣੂ ਹਟ। ਤੁਸੀਂ ਕਹਿ ਰਹੇ ਹੋ ਵੀ ਰਿਐਕਟ ਕਰਨਾ ਜ਼ਰੂਰੀ ਹੈ, ਹੁਣ ਚੁੱਪ ਰਿਐਕਟ, ਰਿਐਕਟ ਦਾ ਮਤਲਬ ਸਿਰਫ ਇਹ ਹੈ ਕਿ ਆਪਣੀ ਗੱਲ ਪਬਲਿਕ ਵਿੱਚ ਦੱਸਣੀ ਵੀ ਭਾਈ ਆਹ ਜਿਹੜਾ ਕੰਮ ਹੈ ਇਹ ਗਲਤ ਹੈ, ਬਸ ਇਦੋਂ ਵੱਧ ਨਾ ਕੋਈ ਐਕਸ਼ਨ, ਨਾ ਕੋਈ ਰੌਲਾ, ਨਾ ਕੋਈ ਧਰਨਾ, ਨਾ ਕੋਈ ਧਮਕੀ, ਕੋਈ ਵੀ ਕੁਛ ਹੋਏਗਾ ਸਿਰਫ ਇੰਨੀ ਗੱਲ ਕਹਿਣੀ ਵੀ ਆ ਠੀਕ ਨਹੀਂ, ਇਹ ਇੱਦਾਂ ਦੀ ਗੁੰਡਾਗਰਦੀ ਡੈਮੋਕ੍ਰੇਸੀ ਵਿੱਚ ਠੀਕ ਨਹੀਂ। ਤੁਸੀਂ ਨੋਰਮਲ ਕੋਮਨ ਸੈਂਸ, ਕੋਈ ਜਿਹੜਾ ਬੰਦਾ ਜਿਹਦੀ ਡਿਵੈਲਪ ਹੈ ਜਾਂ ਕੋਈ ਵੀ ਬੰਦਾ ਜਿਹੜਾ ਨੋਰਮਲ ਪਰਸਨ ਹੈ, ਜੈਨੂਅਨ ਬੰਦਾ ਹੈ, ਹਰ ਬੰਦਾ ਹੀ ਇਹ ਗੱਲ ਕਰਦਾ, ਆਪਾਂ ਵੀ ਆਪਣੀ ਗੱਲ ਕਰਦੇ ਹਾਂ। ਬਸ ਹੁਣ ਇਹ ਹੈ ਕਿ ਸਮਾਜ ਇੱਦਾਂ ਦੀ ਮੈਂਟੈਲਿਟੀ ਸੈੱਟ ਕਰੋ ਕਿ ਘੁੱਟ ਖਾਓ, ਧਮਕੀਆਂ ਮਿਲਣ। ਸਿੱਖ ਸਾਡਾ ਸਲਾਹ ਇਹ ਹੈ ਵੀ ਅਧਿਆਤਮ ਜਿਹੜਾ ਆ, ਸਪਿਰਚੁਐਲਿਟੀ ਕੀ ਕਹਿੰਦੀ ਹੈ, ਸ਼ਾਂਤ ਰਹੋ, ਠੰਡੇ ਰਹੋ, ਅਸੀਂ ਹੋਮੇ ਦਾ ਪ੍ਰਗਟਾਵਾ ਨਾ ਕਰੀਏ, ਅਸੀਂ ਉੱਚਾ ਨਾ ਬੋਲੀਏ, ਇਹ ਸਾਡੀ ਮੈਂਟੈਲਿਟੀ ਹੈ। ਸਾਨੂੰ ਸਮਾਜ ਹੀ ਸਾਡਾ ਇੱਦਾਂ ਦਾ, ਸਾਰੇ ਜਣੇ ਇੱਕ ਜਿਹੜਾ ਬੰਦੇ ਨੂੰ ਘੁੱਟ ਪੈਂਦੇ ਉਹਨੂੰ ਕਹਿੰਦੇ ਤੂੰ ਚੁੱਪ ਰਹਿ, ਤੂੰ ਇੱਦਾਂ ਰਹਿ, ਮੈਂ ਸਮਝਦਾ ਵੀ ਇਹ ਠੀਕ ਨਹੀਂ ਹੈ। ਘੱਟ ਤੋਂ ਘੱਟ ਆਪਣੀ ਗੱਲ ਅਸੀਂ ਪਬਲਿਕ ਵਿੱਚ ਰੱਖ ਸਕਦੇ ਹਾਂ, ਧਮਕੀ ਕਿਸੇ ਨੂੰ ਨਹੀਂ ਦਿੱਤੀ, ਨਾ ਕਦੇ ਦੇਵਾਂਗੇ, ਨਾ ਡਰਾਵਾਂਗੇ। ਹਥਿਆਰ ਆਪਣੇ ਹੈ, ਚਾਹੇ ਸਾਨੂੰ 8-10 ਲਾਇਸੈਂਸ ਮਿਲੇ ਹੋਏ ਹੈ, ਚਾਹੇ ਅੱਜ ਇਹ ਪਤਾ ਨਹੀਂ ਕਿੱਦਾਂ ਲੈ ਕੇ ਜਾਣਗੇ ਪ੍ਰੋਗਰਾਮ 'ਤੇ, ਮੈਨੂੰ ਕਿੱਦਾਂ ਇਹ ਕਰਾਉਂਦੇ ਆ, ਮੈਨੂੰ ਪਤਾ ਨਹੀਂ ਅਜੇ ਤੱਕ ਇਹਨਾਂ ਨੇ ਸਕਿਉਰਿਟੀ ਕੀ ਕੀਤੀ ਹੈ, ਉਹ ਸਾਡੀ ਇੱਕ ਢਾਲ ਹੈ ਬਸ, ਅਸੀਂ ਆਪਣਾ ਸਕਿਉਰਿਟੀ ਆਪਣਾ ਪ੍ਰੋਗਰਾਮ ਕਰਕੇ ਆ ਜਾਣਾ, ਅਸੀਂ ਕਿਸੇ ਨੂੰ ਧਮਕੀ ਜਾਂ ਧੱਕਾ ਕਿਸੇ ਨਾਲ ਨਹੀਂ ਕਰਦੇ ਬਸ। ਇੱਕ ਤੁਸੀਂ ਗੱਲ ਕੀਤੀ ਹੈ ਵੀ ਲਾਇਸੈਂਸੀ ਹਥਿਆਰ, ਜਿਹੜੇ ਜਿੱਥੋਂ ਤੁਹਾਨੂੰ ਥ੍ਰੈਟ ਮਿਲਦੀਆਂ ਪਈਆਂ ਹੈਗੀਆਂ, ਹਾਂਜੀ, ਉਹਨਾਂ ਕੋਲ ਕਿਹੜੇ ਹਥਿਆਰ ਹੈ? ਉਹ ਤਾਂ ਉਹਨਾਂ ਨੂੰ ਪੁੱਛਿਆ ਜਾ ਸਕਦਾ ਜੀ, ਮੈਨੂੰ ਇਹਦੇ ਬਾਰੇ ਨਹੀਂ ਪਤਾ। ਉਹਨਾਂ ਉਹਦੇ ਬਾਰੇ ਵੀ ਕੋਈ ਕੰਪਲੇਂਟ ਕੀਤੀ ਹੈ ਤੁਸੀਂ? ਨਹੀਂ, ਮੈਂ ਉਹਦੇ ਬਾਰੇ ਮੈਂ ਕਿਉਂ ਕੰਪਲੇਂਟ, ਉਹਨਾਂ ਨੂੰ ਵੀ ਰੱਖਣ ਦਾ ਹੱਕ ਹੈ, ਹਥਿਆਰ ਹੋਣੇ ਚਾਹੀਦੇ ਆ। ਦੇਖੋ, ਜਿੱਥੇ ਕਿਤੇ ਉਹਨਾਂ ਨੂੰ ਕੋਈ ਪ੍ਰੋਬਲਮ ਆਉਂਦੀ ਹੈ, ਉਹਨਾਂ ਨਾਲ ਕੋਈ ਧੱਕਾ ਹੁੰਦਾ। ਮੇਰੇ ਨਾਲ ਕਦੇ ਹਥਿਆਰ ਨਹੀਂ ਸੀ, 2 ਸਾਲ ਪਹਿਲਾਂ ਤੋਂ ਮੇਰੇ ਨਾਲ ਇੱਕ ਰਿਵੋਲਵਰ ਵੀ ਨਹੀਂ ਸੀ। ਜਿਸ ਵੇਲੇ ਮੇਰੇ 'ਤੇ ਅਟੈਕ ਹੋਇਆ, ਮੇਰੀ ਮਜਬੂਰੀ ਬਣ ਗਈ, ਅਸੀਂ ਰੱਖਣੀ ਸ਼ੁਰੂ। ਤੁਸੀਂ ਉਦੋਂ ਕਿਵੇਂ ਬਚੇ ਸੀਗੇ? ਉਹ ਤਾਂ ਪਤਾ ਹੀ ਹੈ ਜੀ, ਸਾਰਾ ਕਿ ਅਟੈਕ ਹੋਣ ਤੋਂ ਬਾਅਦ ਘੱਟ ਤੋਂ ਘੱਟ 200 ਗੋਲੀ ਮਾਰੀ ਗਈ ਸੀ, 40-50 ਗੋਲੀਆਂ, 60 ਗੋਲੀਆਂ ਸ਼ਾਇਦ ਮੇਰੀ ਗੱਡੀ 'ਤੇ ਵੀ ਲੱਗੀਆਂ, ਸਾਰੇ ਪਾਸੇ ਉਹ ਜਿਸ ਤਰ੍ਹਾਂ ਵੀ ਸੀ ਆਪਣੀ ਭਜਾ ਭੱਜ ਕੇ ਉਹ ਜਾਨ ਬਚਾਈ ਸੀ ਆਪਣੀ, ਟਾਇਰ ਵੀ ਨਿਕਲ ਗਿਆ ਗੋਲੀ ਉਹਦੇ ਮਾਰੀ ਟਾਇਰ ਵਿੱਚ, ਸਾਰਾ ਤੁਹਾਨੂੰ ਪਤਾ ਹੀ, ਉਹ ਤਾਂ ਸਾਰਾ ਜਿਹੜਾ ਹੋਇਆ ਸੀ। ਜੋ ਜਿਹੜੇ ਤੁਹਾਡੇ ਸਾਥੀ ਦੀ ਮੌਤ ਹੋਈ ਸੀਗੀ, ਉਹਨਾਂ ਦੇ ਪਰਿਵਾਰ ਦਾ ਇਸ ਵੇਲੇ ਸਰਕਾਰ ਕੁਛ ਕਰ ਰਹੀ ਹੈ? ਨਹੀਂ, ਸਰਕਾਰ ਨਹੀਂ, ਅਸੀਂ ਆਪਣੇ ਵੱਲੋਂ, ਆਪ ਸੰਸਥਾ ਵੱਲੋਂ ਉਹਨਾਂ ਨੂੰ 1 ਮਹੀਨੇ ਦੇ 1 ਮਹੀਨੇ ਖਰਚਾ ਦਿੰਦੇ ਹਾਂ। ਬੱਚਿਆਂ ਦੇ ਨਾਂ 'ਤੇ ਅਸੀਂ FDਆਂ ਕਰਾਈਆਂ ਸੀ, ਅਤੇ ਬਾਕੀ ਉਹਨਾਂ ਦਾ ਜਿਹੜਾ ਸਕੂਲ ਦਾ ਫੀਸਾਂ ਵਗੈਰਾ ਹੈਗੀਆਂ, ਬੱਚਿਆਂ ਦੀਆਂ ਫੀਸਾਂ ਭਰ ਰਹੇ ਹਾਂ, ਮੰਥਲੀ ਜਿਹੜਾ ਉਹਨਾਂ ਦਾ 20,000 ਰੁਪਇਆ ਖਰਚਾ ਪਰਿਵਾਰ ਦਾ ਆਉਂਦਾ, ਉਹ ਕਰ ਰਹੇ ਹਾਂ। ਹਾਂਜੀ, ਸਰਕਾਰਾਂ ਨੇ ਕੁਛ ਅਨਾਊਂਸਮੈਂਟ ਕੀਤੀ ਸੀ? ਨਹੀਂ, ਉਹ ਇਸ ਵੇਲੇ, ਉਸ ਵੇਲੇ ਕੁਛ ਨਹੀਂ ਸੀ, ਕੁਛ ਨਹੀਂ ਕੀਤਾ। ਹਾਂਜੀ, ਇੱਕ ਤੁਹਾਡੇ ਪਹਿਰਾਵੇ 'ਤੇ ਬੜੇ ਸਵਾਲ ਉੱਠਦੇ ਆ ਵੀ ਤੁਸੀਂ ਰੰਗ ਬੜੇ ਪਾਉਂਦੇ ਹੋ, ਜਿਹੜੇ ਤੁਸੀਂ ਉਹਨਾਂ ਰੰਗਾਂ ਬਾਰੇ ਕੁਛ ਕਹਿਣਾ ਚਾਹੋਗੇ? ਤੁਸੀਂ ਹਮੇਸ਼ਾ ਕਹਿੰਦੇ ਹੋ ਕਿ 4 ਰੰਗਾਂ ਦੇ ਵਿੱਚ ਬੱਝ ਕੇ ਮੈਂ ਨਹੀਂ ਰਹਿ ਸਕਦਾ। ਹਾਂ, ਬਿਲਕੁਲ, ਹਾਂ, ਬੰਦਿਆਂ ਦੀਆਂ ਬਣਾਈਆਂ ਮਰਿਆਦਾਵਾਂ ਆ। ਕੋਈ ਬੰਦਾ 4, ਤੁਹਾਨੂੰ 4 ਪਸੰਦ ਨੇ, ਕਿਸੇ ਨੂੰ 8 ਪਸੰਦ ਨੇ, ਕਿਸੇ ਨੂੰ 1 ਪਸੰਦ ਹੈ, ਰੱਬ ਨੂੰ ਤਾਂ ਸਾਰੇ ਪਸੰਦ ਨੇ, ਰੱਬ ਨੇ ਕੁਦਰਤ ਵਿੱਚ ਸਾਰੇ ਰੰਗ ਪੈਦਾ ਕੀਤੇ ਆ। ਅਤੇ ਮੇਰਾ ਮੰਨਣਾ ਇਹ ਹੈ ਵੀ ਕੋਈ ਮਰਿਆਦਾ ਇਹ ਨਹੀਂ ਕਹਿੰਦੀ, ਸ਼੍ਰੀ ਅਕਾਲ ਤਖਤ ਦੀ ਮਰਿਆਦਾ ਨਹੀਂ ਕਹਿੰਦੀ ਕਿ ਤੁਸੀਂ 4 ਰੰਗ ਪਾਓ। 4 ਰੰਗ ਦੀ ਮਰਿਆਦਾ ਬਾਬਿਆਂ ਦੀ ਹੈ, ਬਾਬੇ ਜਿਹੜਾ ਮਰਜ਼ੀ ਪਾ ਲੈਣਾ, ਅਕਾਲ ਤਖਤ ਦੀ ਮਰਿਆਦਾ ਤਾਂ ਨਹੀਂ ਰੋਕਦੀ, ਜਿਹੜਾ ਮਰਜ਼ੀ ਰੰਗ ਤੁਸੀਂ ਪਾ ਸਕਦੇ ਹੋ। ਤਾਂ ਉਹਦੇ ਵਿੱਚ ਕੀ ਹੈ, ਜਿੱਦਾਂ ਹੁਣ ਮੈਂ ਜਿਹੜਾ ਮੈਨੂੰ ਠੀਕ ਲੱਗਦਾ ਮੈਂ ਬੰਨ ਲੈਂਦਾ, ਉਹਦੇ ਵਿੱਚ ਕੁਛ ਨਹੀਂ। ਮੈਂ ਕੁਛ ਨਿੱਜੀ ਸਵਾਲ ਵੀ ਤੁਹਾਨੂੰ ਕਰਨਾ ਚਾਹੁੰਦਾ, ਰਣਜੀਤ ਸਿੰਘ ਹੋਰਾਂ ਦਾ ਕਦੇ ਮਨ ਕੀਤਾ ਵੀ ਮੈਂ ਗ੍ਰਸਤ ਜੀਵਨ ਵੱਲ ਜਾਵਾਂ? ਨਹੀਂ, ਉਸ ਵੇਲੇ ਜਦੋਂ ਮੈਂ ਬਾਬਿਆਂ ਵਾਲੀ ਲਾਈਨ 'ਚ ਸੀ ਤਾਂ ਮੈਨੂੰ ਇਹ ਲੱਗਦਾ ਸੀ ਕਿ ਸਾਡੇ ਬਾਬਿਆਂ ਵਿੱਚ ਵਿਆਹ ਨਹੀਂ ਕਰਵਾਇਆ ਜਾਂਦਾ, ਮੰਨ ਲਓ। ਅਤੇ ਜਿਸ ਵੇਲੇ ਤੱਕ, ਮੰਨ ਲਓ 30-32 ਸਾਲ ਤੱਕ ਮੈਂ ਬਾਬਿਆਂ ਦੀ ਪ੍ਰਚਾਰ ਕੀਤਾ ਹੈ, ਤਾਂ ਹੁਣ ਮੇਰੀ ਉਮਰ 35 ਸਾਲ ਦੀ ਹੈ, ਤਾਂ ਮੈਂ ਠੀਕ ਹਾਂ। ਮੈਨੂੰ ਲੱਗਦਾ ਕਿ ਹੁਣ 35 ਸਾਲ ਦੀ ਮੇਰੀ ਉਮਰ ਹੈ, ਹੁਣ ਪਰਿਵਾਰ ਹੈ, ਬੱਚੇ ਹੈ, ਤਾਂ ਕਿਤੇ ਨਾ ਕਿਤੇ ਫਿਰ ਮੈਨੂੰ ਬੱਚਿਆਂ ਦਾ ਸੋਚਣਾ ਪੈਣਾ। ਇੱਥੇ ਸਾਡੇ ਕੋਲ 30 ਏਕੜ ਜ਼ਮੀਨ ਸੀ ਜਿਹਦੇ ਵਿੱਚ ਅਸੀਂ, ਮੈਂ ਜੋ ਵੀ ਸਾਨੂੰ ਦਿੱਤਾ ਸੀ, ਮੈਂ ਗੁਰੂ ਗ੍ਰੰਥ ਸਾਹਿਬ ਦੇ ਨਾਮ 2012 'ਚ ਮੈਂ ਕਰਾਤਾ। ਕਿਸੇ ਦੀ ਨਿੱਜੀ ਪ੍ਰੋਪਰਟੀ ਨਹੀਂ ਬਣ ਸਕਦੀ, ਮੇਰਾ ਬਲੱਡ ਰਿਲੇਸ਼ਨ ਵਾਲਾ ਕਦੇ ਇਸ ਸਥਾਨ 'ਤੇ ਟਰੱਸਟੀ ਨਹੀਂ, ਕੁਛ ਨਹੀਂ ਬਣ ਸਕਦਾ। ਮੈਂ ਉਹ ਕੀਤਾ, ਉਹ ਮੈਂ ਤਾਂ ਹੀ ਕਰ ਸਕਿਆ ਜੇ ਮੈਨੂੰ ਲੱਗਿਆ ਕਿ ਮੇਰੇ ਪਿੱਛੇ ਪਰਿਵਾਰ ਹੁਣ ਮੈਨੂੰ, ਨਹੀਂ ਤਾਂ ਮੈਂ ਅੱਜ ਵੀ, ਮੈਂ ਗੱਲ ਜਿਹੜੀ ਕੱਲ੍ਹ ਵੀ ਇੱਕ ਜਗ੍ਹਾ ਮੈਂ ਬੋਲਿਆ ਕਿ ਜੇ ਸ਼੍ਰੀ ਅਕਾਲ ਤਖਤ ਸਾਹਿਬ ਸਾਰੀਆਂ ਸੰਪਰਦਾਵਾਂ ਵਿੱਚ ਆਪਣੀ ਇੱਕ ਮਰਿਆਦਾ ਲਾਗੂ ਕਰਾ ਦੇਣ, ਅਕਾਲ ਤਖਤ ਦੀ ਮਰਿਆਦਾ ਸਾਰੇ ਲਾਗੂ ਹੋਏਗੀ ਡੇਰਿਆਂ 'ਚ, ਤਾਂ ਅਸੀਂ ਲਾਗੂ ਪਹਿਲਾਂ ਹੀ ਕਰ ਚੁੱਕੇ ਹਾਂ।
ਤੇ ਨਾਲ ਉਹ ਇਹ ਕਹਿ ਦੇਣ ਕਿ ਸਾਰੇ ਜਿਹੜੇ ਬਾਬੇ ਆ ਉਹ ਵਲੰਟੀਅਰ ਬਣ ਕੇ ਅਕਾਲ ਤਖਤ ਦੇ ਸੇ ਪ੍ਰਚਾਰਕ ਕੰਮ ਕਰਨ ਅਤੇ ਉਹਨਾਂ ਦਾ ਖਰਚਾ ਅਸੀਂ ਦਿੰਦੇ ਹਾਂ ਜਾਂ ਮੰਨ ਲਓ ਮਾੜਾ ਮੋਟਾ ਵੀ ਉਹ ਜਿਸ ਤਰ੍ਹਾਂ ਉਹਨਾਂ ਨੇ ਕਰਨਾ ਆਪਣੇ ਘਰ ਚਲੇ ਜਾਣ ਅਤੇ ਇਹ ਜਿੰਨੇ ਅਸਥਾਨ ਨੇ ਇਹ ਗੁਰੂ ਗ੍ਰੰਥ ਸਾਹਿਬ ਦੇ ਨਾਂ 'ਤੇ ਐਸ ਜੀ ਪੀ ਸੀ ਦੇ ਕਰ ਦਿਓ ਤਾਂ ਮੈਂ ਪਹਿਲੇ ਨੰਬਰ ਦੇ ਉੱਤੇ ਕਰਨ ਨੂੰ ਤਿਆਰ। ਤੁਸੀਂ ਇਹ ਕਹਿਣਾ ਚਾਹ ਰਹੇ ਹੋ ਕਿ ਜਿਹੜੇ ਜ਼ਮੀਨਾਂ ਆਪਦੇ ਨਾਮ 'ਤੇ ਕੀਤੀਆਂ ਹੋਈਆਂ? ਹਾਂ, ਨਿੱਜੀ ਪ੍ਰੋਪਰਟੀਆਂ ਜਿਹੜੀਆਂ ਧਰਮ ਦੇ ਨਾਂ 'ਤੇ ਬਣਨੀਆਂ ਨਹੀਂ ਚਾਹੀਦੀਆਂ। ਧਰਮ ਦੇ ਨਾਂ ਉੱਤੇ ਅੱਜ ਕਿੱਡੀਆਂ ਕਿੱਡੀਆਂ ਪ੍ਰੋਪਰਟੀਆਂ ਸਰਕਾਰਾਂ ਨਾਲ ਮਿਲ ਕੇ ਅਤੇ ਬਾਬੇ ਜਿਹੜੇ ਆ ਉਹਨਾਂ ਦੇ ਸਭ ਤੋਂ ਵੱਧ ਕੋਰਟਾਂ ਕਚਹਿਰੀਆਂ ਵਿੱਚ ਕੇਸ ਚੱਲਦੇ ਆ। ਹਾਂਜੀ, ਅਤੇ ਜੇ ਯਾਨੀ ਕਿ ਮੈਂ 18 ਸਾਲ ਪ੍ਰਚਾਰ ਕੀਤਾ, ਉਹਦੇ ਵਿੱਚ ਮੈਨੂੰ ਜੋ ਸੰਗਤ ਨੇ ਦੇਸ਼ਾਂ ਵਿਦੇਸ਼ਾਂ 'ਚੋਂ ਦਿੱਤਾ ਚੜਾਵਾ, ਮੈਂ ਕੀਰਤਨ ਕਰਦਾ ਰਿਹਾ, ਜੋ ਮਿਲਿਆ ਮੈਨੂੰ, ਮੈਂ ਇੱਥੇ ਜਗ੍ਹਾ ਖਰੀਦੀ, ਸਥਾਨ ਮੈਂ ਬਣਾ ਲਿਆ, ਮੈਨੂੰ ਵਧੀਆ ਲੱਗਾ। ਉਸ ਤੋਂ ਬਾਅਦ ਇਹ ਹੁਣ ਸਾਰੇ ਦਾ ਸਾਰਾ ਸੰਗਤ ਵਰਤਦੀ ਹੈ। ਗੁਰੂ ਗ੍ਰੰਥ ਸਾਹਿਬ ਦੇ ਮੈਂ ਸਾਰਾ ਕੁਛ ਨਾ ਕਰਾਤਾ। ਜੇ ਅਕਾਲ ਤਖਤ ਆ ਜੇ ਇਹ ਕਰ ਦੇਵੇ, ਤੁਹਾਡੇ ਚੈਨਲ ਰਾਹੀਂ ਵੀ ਕਹਿੰਦਾ, ਜਥੇਦਾਰ ਕਹਿਣ ਵੀ ਜਿੰਨੇ ਬਾਬਿਆਂ ਦੇ ਸਿੱਖ ਧਰਮ ਦੇ ਵਿੱਚ ਇੱਕੋ ਹੀ ਹੈ ਅਕਾਲ ਤਖਤ, ਅਤੇ ਸਾਰੇ ਬਾਬੇ ਜੋ ਕੁਛ ਵੀ ਹੈਗਾ ਆ ਸਾਰਾ ਅਕਾਲ ਤਖਤ ਨੂੰ ਸਮਰਪਿਤ ਕਰੋ, ਸਾਈਨ ਕਰੋ। ਤੁਸੀਂ ਚਾਹੁੰਦੇ ਉੱਥੋਂ ਹੁਕਮਨਾਮਾ ਜਾਰੀ ਹੋਵੇ? ਉਹ ਸਾਰਿਆਂ ਲਈ ਹੋਵੇ, ਸਭ ਨੂੰ ਰੋਕਿਆ ਜਾਵੇ। ਤੁਸੀਂ ਕਿੰਨੇ ਨੰਬਰ 'ਤੇ ਜਾਓਗੇ? ਪਹਿਲੇ ਨੰਬਰ 'ਤੇ, ਸਭ ਤੋਂ ਪਹਿਲੇ ਨੰਬਰ 'ਤੇ ਤੁਹਾਡੇ ਚੈਨਲ 'ਤੇ ਕਹਿੰਦਾ, ਸਭ ਤੋਂ ਪਹਿਲਾਂ ਸਾਈਨ ਕਰਦੇ ਆ ਵੀ ਸਾਰਾ ਕੁਛ ਜਿਹੜਾ ਆ। ਔਰ ਨਾਲ ਦੀ ਨਾਲ ਇੱਥੋਂ ਮੈਂ ਆਪਣੇ ਪਿੰਡ, ਮੇਰੇ ਪਿੰਡ 2 ਏਕੜ ਜ਼ਮੀਨ ਵਿੱਚ ਅਸਥਾਨ ਅਸੀਂ ਬਣਾਇਆ ਹੋਇਆ, ਮੇਰੇ ਪਿੰਡ ਮੇਰੀ ਜਗ੍ਹਾ 'ਚ ਹੈ ਉਹ, ਮੇਰੇ ਉਹ ਮੇਰੀ ਮੈਨੂੰ ਜ਼ਮੀਨ ਜਿਹੜੀ ਆਉਂਦੀ ਉਹਦੇ ਵਿੱਚੋਂ ਮੈਂ 2 ਕਿੱਲੇ ਲਈ ਹੈ ਆਪਣੇ ਪਿਤਾ ਤੋਂ। ਉਹਦੇ ਵਿੱਚ ਮੈਂ ਜਾ ਕੇ ਆਪਣਾ ਜੋ ਮੇਰੇ ਕਮਰੇ ਬਣੇ ਆ ਮੈਂ ਉਹਦੇ 'ਚ ਰਹਿਣਾ ਸ਼ੁਰੂ ਕਰ ਦਿਆਂਗਾ, ਮੈਨੂੰ ਪਹਿਲੇ ਨੰਬਰ 'ਤੇ ਛੱਡਣ ਨੂੰ ਤਿਆਰ ਹਾਂ। ਪਰ ਐਸਾ ਕੁਛ ਇਕੱਠੇ ਕਰਨ ਵਾਸਤੇ, ਇੱਕ ਕਰਨ ਵਾਸਤੇ ਹੋਵੇ, ਪਰ ਸਾਰਿਆਂ ਕੌਣ ਕਰੂ? ਮੇਰਾ ਸਵਾਲ ਫਿਰ ਉੱਥੇ ਆ ਕੇ ਰੁਕ ਜਾਂਦਾ, ਇਹ ਪਹਿਲ ਕੌਣ ਕਰੂਗਾ? ਮੈਂ ਕਰ ਰਿਹਾ ਜੀ। ਦੇਖੋ, ਮੈਂ ਤੁਹਾਡੇ ਸਾਹਮਣੇ ਕਹਿ ਰਿਹਾ, ਤੁਹਾਨੂੰ ਕਹਿ ਰਿਹਾ, ਚੈਨਲ 'ਤੇ ਕਹਿ ਰਿਹਾ, ਪਬਲਿਕ 'ਚ ਕਹਿ ਰਿਹਾ ਵੀ ਜੇ ਅਕਾਲ ਤਖਤ ਇੱਦਾਂ ਦਾ ਕੁਛ ਕਰੇ ਵੀ ਜਿੰਨੇ ਬਾਬੇ ਨੇ ਹੁਣ ਛੱਡੋ ਸਾਰਾ ਕੁਛ, ਜਿੰਨੇ ਨੇ ਇੱਕ ਝੰਡੇ ਥੱਲੇ, ਇੱਕ ਮਰਿਆਦਾ ਥੱਲੇ ਸਾਰੇ ਆਓ ਅਤੇ ਸਾਰੇ ਜਣੇ ਆਪੋ ਆਪਣੇ ਮਰਿਆਦਾ ਜਿਹੜੀ ਹੈ ਛੱਡ ਕੇ ਸ਼੍ਰੀ ਅਕਾਲ ਤਖਤ ਦੀ ਮਰਿਆਦਾ ਲਾਗੂ ਕਰੋ ਔਰ ਸਾਰੇ ਇਹਨੂੰ ਸਮਰਪਿਤ ਹੋ ਜਾਓ। ਫਿਰ ਤੁਹਾਡਾ ਵਿਵਾਦ ਵੀ ਖਤਮ ਹੋ ਜਾਊਗਾ, ਦਮਦਮ ਟਕਸਾਲ ਆਪੇ ਹੋ ਜਾਣਾ ਜੀ, ਰੌਲਾ ਕਾਹਦਾ ਰਹਿਣਾ ਫਿਰ। ਹੁਣ ਜਦੋਂ ਉਹਨਾਂ ਨੂੰ ਮਾਫ਼ੀ ਮੰਗਣ ਵਾਲਾ ਵੀ ਖਤਮ ਹੋ ਜਾਊਗਾ ਵੀ ਮਾਫ਼ੀ ਨਹੀਂ ਚਾਹੀਦੀ। ਹਾਂ, ਉਹ ਮੈਂ ਇਸ ਰੂਪ ਵਿੱਚ ਕਿਹਾ ਆ ਵੀ ਜਿਸ ਤਰ੍ਹਾਂ ਅੱਜ ਤੱਕ ਉਹ ਧੱਕਾ ਹੀ ਕਰਦੇ ਆਏ ਆ, ਚਾਹੀਦਾ ਉਹਨਾਂ ਨੂੰ ਘੱਟ ਤੋਂ ਘੱਟ ਇਹ ਸੀ ਵੀ ਚਲੋ ਮੇਰੇ ਤੋਂ ਨਾ ਮੰਨਣ, ਭੁਪਿੰਦਰ ਸਿੰਘ ਦੇ ਪਰਿਵਾਰ ਤੋਂ ਮੰਗ ਲੈਣ ਵੀ ਸਾਥੋਂ ਸਾਨੂੰ ਮਾਫ਼ ਕਰੋ, ਸਾਡੀ ਗਲਤੀ ਹੈ। ਉਹ ਤਾਂ ਗਲਤੀ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਵੀ ਕਦੇ ਗਲਤੀ ਸ਼ਬਦ ਵੀ ਕਹੀਦਾ ਹੁੰਦਾ ਹੈ, ਵੀ ਸਾਥੋਂ ਗਲਤੀ ਹੋਈ ਹੈ। ਹੁਣ ਉਹਨਾਂ ਨੇ ਕਿਹਾ, ਕੱਲ੍ਹ ਜਿਹੜੀ ਉਹਨਾਂ ਦੀ ਸਟੇਟਮੈਂਟ ਆਈ ਹੈ, ਬਾਬਾ ਹਰਨਾਮ ਸਿੰਘ ਬੋਲ ਰਹੇ ਹੈ ਕਿ ਦਮਦਮੀ ਟਕਸਾਲ ਕਿਸੇ ਤੋਂ ਡਰਦੀ ਨਹੀਂ ਅਤੇ ਕਿਸੇ ਨੂੰ ਡਰਾਉਂਦੀ ਨਹੀਂ। ਹੁਣ ਮੁਖੀ ਹੈ ਟਕਸਾਲ ਦੇ, ਹੁਣ ਆਹ ਲਫ਼ਜ਼ ਮੈਂ ਸਹੀ ਮੰਨਦਾ ਵੀ ਦਮਦਮੀ ਟਕਸਾਲ ਕਿਸੇ ਤੋਂ ਡਰਦੀ ਨਹੀਂ, ਉਹ ਡਰਦੇ ਨਹੀਂ ਕਿਸੇ ਤੋਂ, ਮੈਨੂੰ ਦਿਸ ਰਿਹਾ। ਪਰ ਜੇ ਕਹੀਏ ਵੀ ਕਿਸੇ ਨੂੰ ਡਰਾਉਂਦੀ ਨਹੀਂ, ਸਾਰਾ ਚੱਕਰ ਤਾਂ ਡਰਾਉਣ ਦਾ ਪਿਆ। ਅੱਜ ਤੋਂ 5 ਦਿਨ ਪਹਿਲਾਂ ਤਾਂ ਵੀਡੀਓ ਨਿਕਲ ਰਹੀ ਹੈ, ਤੁਹਾਡੀ ਹਜ਼ੂਰੀ ਵਿੱਚ ਨਿਕਲ ਰਹੀ ਹੈ, 2 ਸਾਲ ਪਹਿਲਾਂ ਤੁਸੀਂ ਬੰਦਾ ਮਾਰ ਰਹੇ ਹੋ, ਅੱਜ ਵੀ ਤੁਸੀਂ ਡਰਾ ਰਹੇ ਹੋ। ਤੁਸੀਂ ਕਹਿ ਰਹੇ ਹੋ ਕਿ ਦਮਦਮੀ ਟਕਸਾਲ ਕਿਸੇ ਨੂੰ ਡਰਾਉਂਦੀ ਨਹੀਂ, ਇਹ ਕਿੱਡਾ ਵੱਡਾ ਝੂਠ ਹੈ। ਨਾ ਡਰਦੇ ਹਾਂ ਨਾ ਡਰਾਉਂਦੇ ਹਾਂ, ਡਰਾ ਤਾਂ ਤੁਸੀਂ ਸਰਕਾਰਾਂ ਨੂੰ ਵੀ ਰਹੇ ਹੋ, ਡਰਾ ਹੀ ਰਹੇ ਹੋ ਸਾਰਿਆਂ ਨੂੰ, ਜਿਹੜਾ ਤੁਹਾਨੂੰ ਕੁਛ ਕਹਿੰਦਾ ਤੁਸੀਂ ਉਹਨੂੰ ਡਰਾ ਰਹੇ ਹੋ। ਅਤੇ ਇਹ ਜਿਹੜਾ ਸਿਸਟਮ ਹੈ ਇਹ ਸਾਡੇ ਵਿੱਚੋਂ ਕਿਤੇ ਇੱਦਾਂ ਤਾਂ ਨਹੀਂ ਵੀ ਤੁਸੀਂ ਕਹਿ ਰਹੇ ਹੋ ਵੀ ਸਰਕਾਰਾਂ ਨੂੰ ਡਰਾਇਆ ਜਾ ਰਿਹਾ? ਪਿਛਲੀ ਵਾਰੀ ਤੁਸੀਂ ਪਹਿਲਾਂ ਤੁਸੀਂ ਇਹ ਗੱਲ ਕਹੀ ਸਰਕਾਰ ਨਾਲ ਉਹਨਾਂ ਦੇ, ਇਹੀ ਕਹਿ ਰਹੇ ਸੀ ਨਾ ਤੁਸੀਂ? ਹੁਣ ਕਿਤੇ ਇਹ ਤਾਂ ਨਹੀਂ ਵੀ ਉਹ ਉਸ ਸਰਕਾਰ ਦੇ ਨਾਲ ਰਹਿ ਗਏ, ਹੁਣ ਤੁਸੀਂ ਇਸ ਸਰਕਾਰ ਦੇ ਨਾਲ? ਨਹੀਂ, ਮੈਂ ਕਿਸੇ ਸਰਕਾਰ ਨਾਲ ਨਹੀਂ ਹੈਗਾ ਜੀ, ਮੈਂ ਅੱਜ ਤੱਕ ਕਿਸੇ ਸਰਕਾਰ ਦੀ ਹਮਾਇਤ ਨਹੀਂ ਕੀਤੀ ਔਰ ਨਾ ਮੈਂ ਅੱਗੇ ਤੋਂ ਕਰਾਂਗਾ। ਕੋਈ ਮੌਜੂਦਾ ਸਰਕਾਰ, ਚਾਹੇ ਬਾਦਲ ਸਰਕਾਰ ਹੋਵੇ ਚਾਹੇ ਕੈਪਟਨ ਸਰਕਾਰ ਹੋਵੇ, ਕਿਸੇ ਬੰਦੇ ਨਾਲ ਵੀ ਧੱਕਾ ਹੁੰਦਾ ਡੈਮੋਕ੍ਰੇਸੀ ਵਿੱਚ, ਸਰਕਾਰ ਕੋਈ ਵੀ ਹੋਵੇ, ਉਹਨਾਂ ਨੂੰ ਆਪਣੀ ਆਪਣਾ ਕੰਮ ਕਰਨਾ। ਯਾਨੀ ਕਿ ਫਿਰ ਤੁਸੀਂ ਖੁੱਲ੍ਹ ਕੇ ਟਿੱਪਣੀ ਕਰ ਸਕਦੇ ਹੋ? ਸਰਕਾਰਾਂ ਕਹਿੰਦੀਆਂ ਕਿ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੁਝ ਗਰਮ ਖਿਆਲੀ ਜਥੇਬੰਦੀਆਂ ਵੱਲੋਂ, ਇਸ 'ਤੇ ਕੋਈ ਟਿੱਪਣੀ ਕਰਨਾ ਚਾਹੋਗੇ? ਨਹੀਂ, ਗਰਮ ਖਿਆਲੀ ਜਿਹੜੇ ਨੇ, ਕਿਸ ਤਰ੍ਹਾਂ ਦੇ ਗਰਮ ਖਿਆਲੀ? ਜੋ ਮੇਰੇ ਸਾਹਮਣੇ ਗਰਮ ਖਿਆਲੀ ਨੇ ਉਹ ਤਾਂ ਸਾਨੂੰ ਦਿਸ ਰਹੇ ਆ ਕਿ ਇਸ ਤਰ੍ਹਾਂ ਦੀ ਧਮਕੀ ਕੋਈ ਕਿਤੇ ਵੀ ਦੇ ਰਿਹਾ ਤਾਂ ਉਹ ਗਲਤੀ ਹੈ। ਗਰਮ ਖਿਆਲੀ ਕਿਸ ਤਰ੍ਹਾਂ ਦੇ ਗਰਮ ਖਿਆਲੀ ਨੇ ਜਾਂ ਉਹ, ਕਿਉਂਕਿ ਜਿੰਨਾ ਚਿਰ ਪੂਰਾ ਸਨਾਰੀਓ ਨਹੀਂ ਅਸੀਂ ਵੇਖਦੇ ਉਹਨਾਂ ਚਿਰ ਸਾਨੂੰ ਪਤਾ ਨਹੀਂ ਲੱਗਣਾ ਵੀ ਉਹ ਗਰਮ ਖਿਆਲੀ ਕਿਸ ਰੂਪ ਵਿੱਚ ਨੇ। ਉਹ ਪੂਰੀ ਗੱਲ ਦੇਖਾਂਗੇ ਤਾਂ ਸਾਡੇ ਸਾਹਮਣੇ ਪਿਕਚਰ ਆ ਸਕਦੀ ਹੈ ਵੀ ਕੀ ਹੋ ਰਿਹਾ, ਕਿਸੇ ਬੰਦੇ ਨਾਲ ਕੀ ਧੱਕਾ ਹੋ ਰਿਹਾ। ਠੀਕ ਹੈ, ਅਤੇ ਇੱਕ ਕਹਿੰਦੇ ਧਰਮ ਦੇ ਵਿੱਚ ਜੋ ਕੱਟੜਤਾ ਆਉਂਦੀ ਹੈ ਤਾਂ ਫਿਰ ਨੁਕਸਾਨ ਹੁੰਦਾ? ਹਾਂਜੀ, ਕੱਟੜਤਾ ਹੁੰਦੀ ਕੀ ਹੈ ਤੁਹਾਡੇ ਮੁਤਾਬਕ? ਨਹੀਂ, ਜਦੋਂ ਉਹਦੇ ਵਿੱਚੋਂ ਸੰਵਾਦ ਖਤਮ ਹੋ ਜਾਂਦਾ ਹੈ, ਵਿਚਾਰ ਖਤਮ ਹੋ ਜਾਂਦੀ ਹੈ ਔਰ ਇੱਕ ਚੀਜ਼ ਨੂੰ ਫੜ ਲਿਆ ਜਾਂਦਾ,
ਉਹਨੂੰ ਅਸੀਂ ਛੱਡਣ ਨੂੰ ਤਿਆਰ ਨਹੀਂ ਹੋ ਜਾਂਦੇ, ਬਸ ਉਹ ਕੱਟੜਤਾ ਹੀ ਹੋ ਜਾਂਦੀ। ਗੁਰੂ ਸਾਹਿਬਾਂ ਨੇ ਤਾਂ ਕਿਹਾ ਸੀ ਸੰਵਾਦ ਕਰੋ, ਸੰਵਾਦ ਗੋਸ਼ਟੀਆਂ। ਮੈਂ ਇਸ ਗੱਲ ਦੇ ਹੱਕ 'ਚ, ਹੱਕ 'ਚ ਹਥਿਆਰਾਂ ਵਾਲੇ ਨਹੀਂ ਹੈਗੇ, ਹੱਥ 'ਚ ਹੱਕ 'ਚ ਨਹੀਂ ਇਸ ਗੱਲ ਦੇ ਧਮਕੀਆਂ ਵਾਲੇ। ਸੰਵਾਦ ਕਰਨ ਅਮਰੀਕ ਸਿੰਘ ਗਏ ਸੀ ਉੱਥੇ, ਉਹ ਸਟੇਜ ਤੋਂ ਉੱਤਰ ਕੇ ਕਹਿੰਦੇ ਚਲੋ ਗੱਲਬਾਤ ਕਰੀ, ਅੰਦਰ ਬੈਠ ਕੇ ਗੱਲ ਕਰਦੇ, ਉਹਨਾਂ ਦੀ ਪੱਗ ਲਾ ਕੇ ਸਿਰ 'ਚ ਕੜੇ ਮਾਰ ਦਿੱਤੇ ਗਏ। ਸੰਵਾਦ ਕਿੱਥੇ ਹੈ ਜੀ ਇੱਥੇ? ਇੱਥੇ ਤਾਂ ਝਗੜਾ, ਇੱਕ ਡਹਿਲ ਹੈ, ਇੱਕ ਡਰ ਪਾਇਆ ਜਾ ਰਿਹਾ, ਬਸ ਸੰਵਾਦ ਵਾਲੀ ਗੱਲ ਨਹੀਂ ਇੱਥੇ। ਜਿਹੜੇ ਤੁਹਾਡੇ ਸੁਣਨ ਵਾਲੇ ਆ, ਜਦੋਂ ਸਾਡੇ ਵਰਗੇ ਮੀਡੀਆ ਪਰਸਨ ਇੰਟਰਵਿਊ ਕਰਦੇ ਆ ਤੁਹਾਡੀ, ਉਹ ਹਮੇਸ਼ਾ ਇੱਕ ਗੱਲ ਕਹਿੰਦੇ ਆ ਕਿ ਤੁਸੀਂ ਜਿਹੜੇ ਸਵਾਲ ਦਮਦਮੀ ਟਕਸਾਲ ਨੂੰ ਕਰਨੇ ਆ, ਉਹ ਸਵਾਲ ਤੁਸੀਂ ਰਣਜੀਤ ਸਿੰਘ ਹਰਾ ਨੂੰ ਕਿਉਂ ਕਰਦੇ ਹੋ? ਬਿਲਕੁਲ, ਕਿਉਂ ਕਹਿੰਦੇ ਹੋ ਸਾਰੇ, ਤੁਸੀਂ ਵੀ ਇਹ ਗੱਲ ਕਹਿੰਦੇ ਹੋ? ਹਾਂ ਬਿਲਕੁਲ, ਮੈਨੂੰ ਇੱਦਾਂ ਲੱਗਦਾ ਵੀ ਜਿਹੜੇ ਸਵਾਲ ਉਹਨਾਂ ਤੋਂ ਪੁੱਛਣੇ ਚਾਹੀਦੇ ਆ ਵੀ ਤੁਸੀਂ ਕੱਟੜਵਾਦ ਜਿਹੜਾ ਹੈ, ਹਥਿਆਰਾਂ ਵਾਲੀ ਜਿਹੜੀ ਗੱਲ ਹੈ ਜਾਂ ਜਿਹੜੀ ਤੁਸੀਂ ਧਮਕੀਆਂ ਦੇ ਰਹੇ ਹੋ, ਮੇਨ ਜਿਹੜਾ ਮੁੱਦਾ ਆ, ਉਹ ਸਵਾਲ ਜਿਹੜੇ ਆ ਉਹਨਾਂ ਨੂੰ ਪੁੱਛਣ ਦੀ ਬਜਾਏ ਉਲਟਾ ਮੈਨੂੰ ਪੁੱਛੇ ਜਾਂਦੇ, ਜਿਵੇਂ ਇੱਦਾਂ ਲੱਗਦਾ ਦੋ ਭਰਾ ਲੜ ਰਹੇ ਹੈ, ਦੋ ਝਗੜਾ ਪੈ ਗਿਆ ਆ, ਤੁਹਾਨੂੰ ਕੋਈ ਆ ਕੇ ਬੰਦਾ ਧਮਕੀ ਦੇ ਰਿਹਾ, ਤੁਸੀਂ ਪਰੇਸ਼ਾਨ ਹੋ ਆਪਣੇ ਘਰ ਦੇ ਵਿੱਚ, ਅਤੇ ਉਲਟਾ ਤੁਹਾਨੂੰ ਜਾ ਕੇ ਕਿਹਾ ਜਾ ਰਿਹਾ ਵੀ ਦੋ ਪੱਤਰਕਾਰ ਲੜ ਰਹੇ ਆ, ਉਹ ਇੱਦਾਂ ਤਾਂ ਨਹੀਂ ਦਾ ਕੁਛ ਵੀ ਹੈਗਾ, ਇੱਦਾਂ ਤਾਂ ਕੁਛ ਨਹੀਂ ਹੈਗਾ। ਯਾਨੀ ਕਿ ਪਰੇਸ਼ਾਨ ਸ਼ਖਸ ਨੂੰ ਹੋਰ ਪਰੇਸ਼ਾਨ ਕੀਤਾ ਜਾ ਰਿਹਾ ਲੱਗਦਾ ਮੈਨੂੰ, ਮੈਨੂੰ ਇੱਦਾਂ ਲੱਗਦਾ ਵੀ ਉਲਟਾ ਮੈਨੂੰ ਪੁੱਛਿਆ ਜਾਂਦਾ ਵੀ ਦੋ ਤੁਸੀਂ ਦੱਸੋ ਜੀ ਪੰਥ ਵਿੱਚ ਫੁੱਟ ਪੈ ਗਈ। ਮੈਂ ਕਹਿੰਦਾ ਯਾਰ ਫੁੱਟ, ਮੈਂ ਮੰਨ ਲਓ ਵੀ ਫੁੱਟ ਖਾਈ ਜਾਂਦਾ, ਮੈਂ ਬੋਲਦਾ ਨਹੀਂ, ਪਤਾ ਨਹੀਂ ਅੰਦਰ ਕਦੋਂ ਮੇਰੇ ਕੀ ਆ ਗਿਆ, ਧਮਕੀਆਂ ਮੈਨੂੰ ਮਿਲੀ ਜਾ ਰਹੀਆਂ, ਮੈਂ ਚੁੱਪ ਬੈਠਾ ਵੀ ਮੈਂ ਜੇ ਬੋਲਿਆ ਤਾਂ ਪੰਥ 'ਚ ਫੁੱਟ ਪੈ ਜਾਣੀ ਹੈ, ਬਸ ਇਹੀ ਹੋਇਆ ਵੀ ਚੁੱਪ ਕਰੋ ਫੁੱਟ ਖਾਓ। ਜਿਹੜਾ ਸੋਸ਼ਲ ਮੀਡੀਆ 'ਤੇ ਤੁਸੀਂ ਬੜਾ ਐਕਟਿਵ ਰਹਿੰਦੇ ਹੋ, ਕੁਛ ਨਾ ਕੁਛ ਤੁਹਾਡੇ ਵੀਡੀਓਜ਼ ਪੈਂਦੇ ਰਹਿੰਦੇ ਹੈਗੇ, ਉਹਦੇ ਨਾਲ ਐਂ ਲੱਗਦਾ ਹੈਗਾ ਕਿ ਜੇ ਟਕਰਾਅ ਘਟਣ ਦੀ ਬਜਾਏ ਵਧੀ ਜਾਏਗਾ? ਨਹੀਂ ਜੀ, ਪ੍ਰੋਗਰਾਮ ਮੈਂ ਕਰਦਾ ਹਾਂ, ਪ੍ਰੋਗਰਾਮਾਂ ਦੇ ਵੀਡੀਓ ਕਲਿੱਪ ਜਿਹੜੇ ਆ ਉਹਦੇ ਆ ਤਾਂ ਆਉਣੇ ਹੀ ਆ, ਦੀਵਾਨ ਆਉਂਦਾ ਪੂਰੇ ਦਾ ਪੂਰਾ, ਉਹ ਚੱਲਦਾ ਹੈ, ਲਾਈਵ ਚੱਲਦਾ ਸਾਰੇ ਪਾਸੇ। ਪਰ ਜਿਹੜਾ ਹੈਗਾ ਆ ਜਦੋਂ ਇਹੋ ਜਿਹਾ ਮਸਲਾ ਹੁੰਦਾ ਆ, 3-4 ਵਾਰ ਮੇਰੇ ਨਾਲ ਹੋਇਆ 2 ਸਾਲਾਂ ਵਿੱਚ, ਅਤੇ 4 ਵਾਰਾਂ ਵਿੱਚ ਮੈਂ ਇੱਕ ਇੱਕ ਵੀਡੀਓ 4 ਮੈਂ ਬਣਾਈਆਂ, ਅਤੇ ਮੈਂ ਉਹ ਗੱਲ ਓਪਨ ਪਬਲਿਕ ਵਿੱਚ ਦੱਸੀ ਹੈ ਵੀ ਆਹ ਹੋਇਆ, ਇੱਦਾਂ ਹੋਣਾ ਨਹੀਂ ਚਾਹੀਦਾ ਸੀ, ਮੈਂ ਇੱਦਾਂ ਸਮਝਦਾ, ਬਸ ਇਸ ਤੋਂ ਵੱਧ ਕੁਛ। ਕਦੇ ਮਨ ਕਰਦਾ ਕਿ ਇੱਕ ਪ੍ਰੈਸ ਕਾਨਫਰੰਸ ਕਰਕੇ ਸਾਰਾ ਮੁੱਦਾ ਜਿਹੜਾ ਕਲੀਅਰ ਕੀਤਾ ਜਾਵੇ? ਪ੍ਰੈਸ ਕਾਨਫਰੰਸ ਤੁਸੀਂ ਕਰਦੇ ਨਹੀਂ ਵੈਸੇ, ਹੈ ਨਾ? ਪ੍ਰੈਸ ਕਾਨਫਰੰਸ ਮੈਂ ਨਹੀਂ ਕਰਦਾ, ਕਿਉਂਕਿ ਇੱਕ ਤਾਂ ਮੇਰੇ ਕੋਲ ਇਸ਼ਤਿਹਾਰ ਦੇਣ ਜੋਗੇ ਕਿਸੇ ਕੋਲ ਪੈਸੇ ਨਹੀਂ, ਮੈਂ ਐਡਾ ਵੱਡਾ ਕੁਛ ਨਹੀਂ ਕਰ ਸਕਦਾ। ਮੀਡੀਆ ਜਿਹੜਾ ਆ ਉਹਦੇ ਵਿੱਚੋਂ ਕੁਛ ਬੰਦੇ ਜਿਹੜੇ ਆ ਜੈਨੂਅਨ ਹੈਗੇ ਆ, ਬਾਕੀ ਜਿਹੜੇ ਬੰਦੇ ਆ ਉਹ ਡੰਡੇ ਵਾਲੀ ਧਿਰ ਦਾ ਪੱਖ ਪੂਰਦੇ ਆ, ਵੱਡੀ ਧਿਰ ਹੈ, ਇਸ਼ਤਿਹਾਰ ਲੈਣੇ ਆ, ਪ੍ਰੋਗਰਾਮ ਕਰਨੇ ਆ, ਸਾਡੇ ਵਰਗੇ ਬੰਦੇ ਰੋਜ਼ ਚੈਨਲਾਂ 'ਤੇ ਡਿਬੇਟ ਵਿੱਚ ਨਹੀਂ ਜਾ ਸਕਦੇ। ਹਰ ਬੰਦਾ ਜਿਹੜਾ ਆ ਉਹ ਆਪਣਾ ਏਜੰਡਾ ਲੈ ਕੇ, ਸਵਾਰਥ ਲੈ ਕੇ ਚੱਲ ਰਿਹਾ, ਵਿਰਲਿਆਂ ਨੂੰ ਛੱਡ ਕੇ, ਵਿਰਲੇ ਬੰਦਿਆਂ ਨੂੰ ਛੱਡ ਕੇ। ਜੇ ਤੁਹਾਨੂੰ ਕੋਈ ਏਜੰਡਾ ਲੱਗਦਾ ਸਾਨੂੰ ਮੂੰਹ 'ਤੇ ਕਹਿ ਦਿਓ, ਕੋਈ ਨਹੀਂ ਵਿਰਲੇ ਬੰਦਿਆਂ ਨੂੰ ਛੱਡ ਕੇ, ਦੇਖੋ ਮੈਂ ਬਹੁਤਾ ਨਹੀਂ ਇਸ ਬਾਰੇ ਮੈਨੂੰ ਪਤਾ, ਪਰ ਵਿਰਲੇ ਬੰਦਿਆਂ ਨੂੰ ਛੱਡ ਕੇ ਤੁਹਾਡਾ ਮੈਂ ਪ੍ਰੋਗਰਾਮ ਪਹਿਲਾਂ ਜਿਹੜੇ ਤੁਹਾਡੇ ਚੱਲਦੇ ਰਹੇ ਆ ਮੈਂ ਤੁਹਾਡੇ ਸੁਣੇ ਆ, ਬੜੇ ਸੋਹਣੇ ਹੁੰਦੇ ਆ, ਮੈਂ ਜਿਹੜੀ ਗੱਲ ਦਾ ਜਵਾਬ ਦਿੱਤਾ ਉਹਦੇ ਨਾਲ ਤਾਂ ਸਹਿਮਤ ਹੀ ਨਹੀਂ ਹੁੰਦੇ ਬੰਦੇ। ਮੰਨ ਲਓ ਵੀ ਮੇਰੇ ਤੋਂ ਸਵਾਲ ਪੁੱਛ ਲਿਆ ਤੁਸੀਂ ਜੀ ਲੰਗਰ ਵਾਲੇ ਬੋਲਿਆ, ਮੈਂ ਕਹਿਤਾ ਮੈਂ ਤਾਂ ਲੰਗਰ ਨੂੰ ਵੱਡਾ ਕਰਨ ਦੀ ਮੈਂ ਐਕਸਪਲੇਨ ਕਰਤੀ, ਉਹ ਗੱਲ ਉਹ ਸਲਿਪ ਕਰ ਜਾਂਦੇ ਆ, ਉੱਥੋਂ ਉਹਨੂੰ ਕਹਿਣਾ ਚਾਹੀਦਾ ਵੀ ਟਿੱਪਣੀ ਕਰਨ ਵੀ ਤੁਸੀਂ ਸਹੀ ਹੋ, ਠੀਕ ਹੈ ਤੁਹਾਡੀ ਗੱਲ 'ਚ ਠੀਕ ਹੈ ਗੱਲ, ਉਸ ਤੋਂ ਬਾਅਦ ਉਹ ਅਗਲੀ ਗੱਲ ਸਟਾਰਟ ਕਰਨ। ਉੱਥੇ ਕੀ ਹੋ ਰਿਹਾ ਕਿ ਸਾਡੇ ਬੰਦੇ ਤਾਂ ਇੱਕ ਆਹ ਗੱਲ ਆਹ ਗੱਲ ਆਹ ਗੱਲ, ਉਹ ਜਿਹੜੀ ਮੈਂ ਜਵਾਬ ਦਿੱਤਾ ਆ ਉਹ ਸਹੀ ਹੈ ਕਿ ਗਲਤ ਹੈ, ਉਹਨੂੰ ਅੱਗੇ ਫਿਰ ਆਪਾਂ ਅੱਗੇ ਅੱਗੇ ਡਿਸਕਸ਼ਨ ਤੋਰੀਏ। ਜ਼ਿਆਦਾਤਰ ਬੰਦੇ ਜਿਹੜੇ ਹੈ ਉਹ ਆਪਣਾ ਏਜੰਡਾ ਆਪਣਾ ਸਵਾਰਥ ਲੈ ਕੇ ਚੱਲ ਜਾਏ, ਤਾਂ ਕਰਕੇ ਮੈਂ ਪ੍ਰੈਸ ਕਾਨਫਰੰਸਾਂ ਜਾਂ ਇੱਦਾਂ ਦਾ ਮੈਂ ਕੁਛ ਕਦੇ ਨਹੀਂ ਕੀਤਾ। ਰਣਜੀਤ ਸਿੰਘ ਜੀ ਹਮੇਸ਼ਾ ਬੇਵਾਕ ਹੀ ਰਹਿਣਗੇ? ਬਿਲਕੁਲ, ਤੁਸੀਂ ਹੁਣ ਮੀਡੀਆ 'ਤੇ ਵੀ ਟਿੱਪਣੀ ਕਰ ਦਿੱਤੀ ਹੈ, ਬਿਲਕੁਲ ਜੋ ਮਰਜ਼ੀ ਤੁਸੀਂ ਇਹਨੂੰ ਸਮਝ ਲਓ। ਹਾਂਜੀ, ਟਿੱਪਣੀਆਂ ਕਰਨੀਆਂ ਜ਼ਰੂਰੀ ਹੈ? ਨਹੀਂ, ਗਲਤ ਗੱਲ ਦੇ ਉੱਤੇ ਤੁਸੀਂ ਕਰਦੇ ਹੋ, ਤੁਸੀਂ ਵੀ ਤਾਂ ਕਰਦੇ ਹੋ ਨਾ ਜੀ, ਤੁਸੀਂ ਮੀਡੀਆ ਦੇ ਵਿੱਚ ਹੋ, ਤੁਸੀਂ ਤੁਹਾਨੂੰ ਲੋਕ ਇੱਕ ਚੌਥਾ ਥੰਮ ਮੰਨਿਆ ਜਾਂਦਾ, ਬੋਲਣ ਵਾਲੇ ਬੰਦੇ ਤੁਸੀਂ ਹੋ, ਬੋਲਣ ਵਾਲਾ ਹੀ ਮੈਂ, ਧਰਮ ਵਾਲੀ ਗੱਲ ਛੱਡ ਦਿਓ, ਅਸੀਂ ਬੋਲਣ ਵਾਲੇ ਹਾਂ, ਤਾਂ ਸਾਡਾ ਕੰਮ ਹੈ ਕਿ ਜੋ ਗਲਤ ਹੋ ਰਿਹਾ ਆ ਉਹਦੇ ਬਾਰੇ ਅਸੀਂ ਕਹੀਏ, ਲੋਕ ਉਹਨੂੰ ਟਿੱਪਣੀ ਕਹਿਣ ਜੋ ਮਰਜ਼ੀ ਕਹਿਣ, ਯਾਨੀ ਕਿ ਗਲਤ ਦੇ ਖਿਲਾਫ਼ ਰਣਜੀਤ ਸਿੰਘ ਆਵਾਜ਼ ਚੁੱਕਦੇ ਰਹਿਣ, ਗੱਲ ਕਰਦੇ ਰਹਾਂਗੇ, ਬਿਲਕੁਲ ਕਰਦੇ। ਜਿਹੜਾ ਇੱਥੇ ਸਾਰਾ ਕੁਛ ਗਲਤ ਹੋ ਰਿਹਾ, ਕਿਸਾਨ ਖੁਦਕੁਸ਼ੀਆਂ ਹੋ ਰਹੀਆਂ, ਨਸ਼ੇ ਦੇ ਵਿੱਚ ਸਾਡੀ ਜਵਾਨੀ ਹੈ ਜਿਹੜੀ ਗਲਤਾਨ ਹੁੰਦੀ ਜਾ ਰਹੀ ਹੈ, ਉਸ ਬਾਰੇ ਤੁਸੀਂ ਕੋਈ ਮੁਹਿੰਮ ਛੇੜੋਗੇ? ਕਿਉਂਕਿ ਤੁਹਾਡੇ ਫੋਲੋਅਰ ਬਹੁਤ ਹੈ, ਤੁਹਾਡੀ ਗੱਲ ਸੁਣੀ ਜਾਊਗੀ। ਇਹ ਜੇ ਕੋਈ ਸੋਹਣਾ ਰੂਪ ਹੋਵੇਗਾ ਕੁਛ ਉਹਦਾ ਤਾਂ ਜ਼ਰੂਰ ਕਰ ਸਕਦਾ ਮੈਂ, ਫਿਲਹਾਲ ਤਾਂ ਮੈਂ ਆਪਣੀ ਗੱਲ ਕਹਿਣ ਵਿੱਚ ਵੀ ਪਰੇਸ਼ਾਨ ਹੋ ਰਿਹਾ, ਜਿੱਦਣ ਮੈਂ ਕਰਨ ਤੁਰਿਆ ਫਿਰ ਤਾਂ ਪਤਾ ਨਹੀਂ ਕੀ ਹੋਏਗਾ, ਮੇਰੇ ਤੋਂ ਤਾਂ ਸਿਰਫ ਅਜੇ ਤੱਕ ਬੋਲਣ ਦੇ ਉੱਤੇ ਵੀ ਮੇਰੇ ਤਾਂ ਪਾਬੰਦੀ ਲੱਗ ਰਹੀ ਹੈ, ਆਪਣੀ ਗੱਲ ਕਹਿਣ 'ਤੇ ਪਾਬੰਦੀ। ਸਮਾਜਿਕ ਕ੍ਰਿਤੀਆਂ ਦੇ ਖਿਲਾਫ਼ ਕੋਈ ਚੇਤਨਾ ਮਾਰਚ ਜਾਏਗਾ ਰਣਜੀਤ ਸਿੰਘ ਜੀ ਦਾ? ਨਹੀਂ, ਮੈਂ ਹਮੇਸ਼ਾ ਤਿਆਰ ਹਾਂ ਜੇ ਕੁਛ ਮੇਰੇ ਕਰਨ ਦੇ ਨਾਲ, ਮੈਂ ਤਾਂ ਇਹ ਕਹਿੰਦਾ ਜੀ ਸਮਾਜ ਦਾ ਭਲਾ ਹੁੰਦਾ ਆ, ਜੇ ਇਹ ਲੱਗਦਾ ਆ ਕਿ ਪੰਜਾਬ ਦੇ ਵਿੱਚ ਇਹਦੇ ਬੋਲਣ ਨਾਲ ਮਾਹੌਲ ਖਰਾਬ ਹੁੰਦਾ,
पंथ के जथेदार मैनू ये कह भी तू चुप कर जा सदा ले तू बोलना नहीं तो मेरा यह वादा मैं चुप कर जा जे मेरे चुप करन नाल मेरे चेतना नाल कुछ भी जे इहदा भला हुंदा आ तो मैं तैयार हाँ उहदे वास्ते हर काम करन नूं तैयार हाँ वो कह देण तू सदा लई चुप कर जा तू स्टेज ही नहीं लैणी तू प्रचार करना तेरा प्रचार नुकसान करता तो मैं बंद कर देना छड्डो चलो मैं हुण प्रोग्राम बंद करदा हाँ जी बहुत शुक्रिया रणजीत सिंह जी तुसीं बहुत बेबाकी नाल जवाब दिते जिहड़ी संगत तुहानूं सुन रही है जिहड़े तुहाडे चोण वाले तुहानूं सुन रहे हैं उहनां नूं तुसीं कुछ सुनेहा दे दो कि जिवें तुसीं कहिंदे आ भी आवाज़ तां चुकनी चाहीदी है पर उस आवाज़ का असर कित्थे जाके हुंदा वह भी जरूर सोचना चाहिए वो थोड़ा संगत नूं सुनेहा दे दो भी गुस्सा ज़्यादा ना करन क्योंकि असीं चाहुंदे आ टकराव दा अंत होवे ਇਹ ਸੰਗਤ ਗੁੱਸਾ ਨਹੀਂ ਕਰੇਗੀ ਜੀ ਸੰਗਤ ਗੁੱਸਾ ਨਹੀਂ ਕਰੇਗੀ ਕਿਸੇ ਨਾਲ ਵੀ ਕੋਈ ਧੱਕਾ ਹੁੰਦਾ ਆ ਹਰ ਬੰਦਾ ਆਪਣੀ ਆਵਾਜ਼ ਗੱਲ ਰੱਖਦਾ ਆ ਜਿਸ ਤਰ੍ਹਾਂ ਮੈਂ ਰੱਖਦਾ ਹਾਂ ਆਪਣੀ ਗੱਲ ਰੱਖੋ ਕਿਸੇ ਨੂੰ ਗਾਲਾਂ ਨਾ ਕੱਢੋ ਕਿਸੇ ਨੂੰ ਧਮਕੀਆਂ ਨਾ ਦਿਓ ਕਿਸੇ ਨੂੰ ਮਾਰਨ ਨਾ ਜਾਓ ਸਿਰਫ ਆਪਣੀ ਗੱਲ ਜਿਹੜੀ ਹੈ ਉਹ ਸਾਹਮਣੇ ਲੈ ਕੇ ਆਓ ਤਾਂ ਜੋ ਜਿਹੜੇ ਬੰਦੇ ਹੈ ਆਮ ਲੋਕ ਰਾਏ ਜਿਹੜੀ ਹੈ ਉਹ ਬਣ ਸਕੇ ਅਤੇ ਗੁੰਡਾਗਰਦੀ ਕਰਨ ਵਾਲੇ ਵੀ ਕਦੇ ਨਾ ਕਦੇ ਇਹ ਸੋਚਣ ਬਾਕੀ ਜਿਹੜੇ ਆਮ ਸਰੋਤੇ ਹੈ ਤੁਹਾਡੇ ਸਾਰੇ ਉਹਨਾਂ ਨੂੰ ਬੇਨਤੀ ਮੈਂ ਕਰਦਾ ਵੀ ਜਿਹੜਾ ਵੀ ਕੋਈ ਮੇਰਾ ਪ੍ਰੋਗਰਾਮ ਹੈ ਮੇਰਾ ਚੱਲਦਾ ਹੈ ਉਹਨੂੰ ਤੁਸੀਂ ਸਾਰਾ ਸੁਣੋ ਪਹਿਲਾਂ ਮੇਰੀ ਪੂਰੀ ਗੱਲ ਸੁਣੋ ਵੀ ਮੈਂ ਕਿੱਥੋਂ ਸ਼ੁਰੂ ਕੀਤੀ ਹੈ ਕਿੱਥੇ ਮੈਂ ਉਹਦਾ ਐਂਡ ਕੀਤਾ ਫਿਰ ਪੂਰੇ ਦਾ ਪੂਰਾ ਸਿਨਾਰੀਓ ਸਮਝ ਆਵੇ ਪੂਰਾ ਮੈਂ ਅੱਗੇ ਕਿਸ ਸੰਦਰਭ ਵਿੱਚ ਗੱਲ ਕਰਦਾ ਉਹਨੂੰ ਕੱਟ ਵੱਢ ਕੇ ਤੋੜ ਮਰੋੜ ਕੇ ਪੇਸ਼ ਕਰਨ ਵਾਲਿਆਂ ਦੀ ਗੱਲ ਨਾ ਸੁਣੋ ਸਾਰੀ ਗੱਲ ਸੁਣੋ ਸਾਰਾ ਕੁਝ ਸਮਝ ਕੋਈ ਵੀ ਗੱਲ ਲੱਗਦੀ ਹੈ ਮੇਰੀ ਸਮਾਜ ਨੂੰ ਅੱਗੇ ਨਹੀਂ ਲਿਜਾਏਗੀ ਕੋਈ ਪਖੰਡਵਾਦ ਵਾਲੀ ਗੱਲ ਹੈ ਐਜੂਕੇਟ ਨਹੀਂ ਹੋਣਗੇ ਇਹਦੇ ਨਾਲ ਮੇਰੀਆਂ ਗੱਲਾਂ ਨਾਲ ਸਮਾਜ ਦਾ ਨੁਕਸਾਨ ਕੀ ਹੋਏਗਾ ਇਹ ਗੱਲ ਮੈਨੂੰ ਮੇਰੇ ਧਿਆਨ 'ਚ ਲਿਆਂਦੀ ਜਾਵੇ ਮੈਨੂੰ ਚਿੱਠੀ ਪਾਓ ਜਿਵੇਂ ਮਰਜ਼ੀ ਮੇਰੇ ਤੱਕ ਤੁਸੀਂ ਉਹ ਦਰੁਸਤ ਕਰੋਗੇ ਮੈਂ ਬਿਲਕੁਲ ਠੀਕ ਕਰੂੰਗਾ ਚਲੋ ਬਹੁਤ ਧੰਨਵਾਦ ਰਣਜੀਤ ਸਿੰਘ ਜੀ ਤੁਹਾਡਾ ਚੁੱਪ ਰਹਿਣ ਨਾਲ ਕੁਛ ਨਹੀਂ ਹੋਣਾਗਾ ਚੇਤਨਾ ਨਾਲ ਹੀ ਬਹੁਤ ਕੁਛ ਬਦਲੇਗਾ ਅਤੇ ਸੰਵਾਦ ਕਰਨਾ ਲਾਜ਼ਮੀ ਹੈਗਾ ਜੇ ਆਵਾਜ਼ ਬੁਲੰਦ ਨਾ ਕੀਤੀ ਤਾਂ ਆਵਾਜ਼ ਖਮੋਸ਼ ਹੋ ਜਾਵੇਗੀ ਅਤੇ ਜਿਹੜੀਆਂ ਚੀਜ਼ਾਂ ਬਦਲਣੀਆਂ ਚਾਹੀਦੀਆਂ ਉਹ ਸ਼ਾਇਦ ਨਾ ਬਦਲ ਪਾਉਣ ਅਸੀਂ ਗੱਲਬਾਤ ਕੀਤੀ ਹੈ ਰਣਜੀਤ ਸਿੰਘ ਹੋਰਾਂ ਨਾਲ ਅਸੀਂ ਉਹਨਾਂ ਤੋਂ ਸਾਰੇ ਸਵਾਲ ਕੀਤੇ ਹੈਗੇ ਆ ਅਤੇ ਜਿਵੇਂ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਪੂਰਾ ਪ੍ਰੋਗਰਾਮ ਸੁਣ ਕੇ ਤੁਸੀਂ ਫਿਰ ਟਿੱਪਣੀ ਕਰਿਆ ਕਰੋ ਅਤੇ ਮੈਂ ਵੀ ਇੱਥੋਂ ਅਪੀਲ ਕਰਦਾ ਕਿ ਇਹ ਪੂਰਾ ਪ੍ਰੋਗਰਾਮ ਦੇਖ ਕੇ ਤੁਸੀਂ ਫਿਰ ਟਿੱਪਣੀ ਕਰਿਓ ਕਿ ਕਿਹੜੀ ਧਿਰ ਸਹੀ ਹੈ ਅਤੇ ਕਿਹੜੀ ਧਿਰ ਗਲਤ ਹੈ ਕਿਉਂਕਿ ਫੈਸਲਾ ਤੁਸੀਂ ਕਰਨਾ ਪੰਥ ਨੇ ਕਰਨਾ ਬਹੁਤ ਧੰਨਵਾਦ